ਮਾਈ ਨੇ ਮੈਨੂੰ ਉੱਥੋਂ ਹਾਨੋਰੈਡ ਕਰਤਾ ਪਿੱਛੋਂ ਸਾਰੇ ਹਾਥੀ ਹਾਨੋਰੈਡ ਹੋ ਗਏ। ਅਸਲਾਮ ਵਾਲੇਕੁਮ ਨਾਜ਼ਰੀਨ, ਟੀ ਟਾਈਮ ਮੇ ਖੁਸ਼ ਆਮਦੀਦ ਨਾਜ਼ਰੀਨ। ਓਏ ਹਾਏ, ਸਾਡੇ ਨਾਲ ਅੱਜ ਇੱਕ ਬਹੁਤ ਵੱਡੀ ਹਸਤੀ ਜਿਹਨੂੰ ਤੁਸੀਂ ਬਹੁਤ ਮਤਲਬ ਬਹੁਤ ਵਾਇਰਲ ਹੋਈ ਸੀ, ਉਹਦੀ ਮੂਵੀ ਬਹੁਤ ਚੱਲੀ ਸੀ ਔਰ ਧੁੰਮ ਮਚਾਤੀ ਸੀ ਉਸ ਮੂਵੀ ਦੇ ਐਫੈਕਟਸ ਨੇ ਔਰ ਉਹਦੀ ਟੈਕਨੋਲੋਜੀ ਨੇ ਔਰ ਕਮਾਲ ਕਰ ਦਿੱਤਾ ਸੀ ਜਨਾਬ ਬਾਹੂਬਲੀ। ਬਾਹੂਬਲੀ ਸਾਡੇ ਨਾਲ ਅੱਜ ਮੌਜੂਦ ਨੇ ਜਨਾਬ। ਅੱਛਾ, ਮੈਥੋਂ ਹੈ ਬਾਹੂਬਲੀ? ਬਾਹੂਬਲੀ ਅੱਜ ਕਰੀ ਯਾਰ, ਕਿਹੜਾ ਬਾਹੂਬਲੀ ਅੱਜ ਕਰ ਰਿਹਾ ਜੇ? ਉਹ ਤੁਸੀਂ ਬਾਹੂਬਲੀ ਨੇ ਅੱਜ ਕੀਤਾ ਚਲੋ ਕੱਚਾ ਉਹਨਾਂ ਤੋਂ। ਅੱਛਾ ਚਲੋ, ਬਾਹੂਬਲੀ ਦੀਆਂ ਵੀ ਤਾਂ ਕੱਚਾ ਹੁੰਦੀਆਂ ਨੇ ਸਾਰਾ, ਉਹਦੀਆਂ ਬਾਹੂਬੱਚੀ ਵੀ ਇਨਸਾਨ। ਇਹ ਬਾਹੂਬਲੀ ਹੋਰ ਆ ਸਰ ਜੀ। ਓਏ, ਇਹ ਨਾ ਯਾਰ ਨਾ ਆਪਣੇ ਕਰੈਕਟਰ ਦਾ ਨਹੀਂ ਘਟਾ ਕਰੀ ਜਾਂਦਾ ਮੈਨੂੰ। ਮੈਂ ਵੀ ਹੁਣ ਕਹਿ ਸਕਦਾ ਕਿ ਇਹ ਮਹੱਲੇ ਜਿਹਨੇ ਬਾਹੂ ਸਾਈਕਲ, ਇਹ ਬਾਹੂਬਲੀ ਹੈ ਬਾਹੂ। ਆਹੋ, ਬਲਕਿ ਇਹ ਬਾਹੂਬਿਲਾ ਬਲੀ ਹੈ। ਇਸ ਤਰ੍ਹਾਂ ਮੇਰੇ ਵੀ ਜ਼ਿਹਨ 'ਚ ਬਹੁਤ ਆਮਦ ਹੋ ਰਹੀ, ਲੇਕਿਨ ਨਹੀਂ, ਮੇਰਾ ਕਰੈਕਟਰ ਆ ਜੀ। ਨਾਜ਼ਰੀਨ, ਸਾਡੇ ਨਾਲ ਬਾਹੂਬਲੀ ਸਾਹਿਬ। ਓਹੋ, ਚੱਲ ਬਸ ਠੀਕ ਆ। ਆਹੋ, ਬਗਲਾਂ ਤੋਂ ਨਾ ਪਿਛਲੀ ਤੋਂ ਮੈਂ ਸਦਕੇ ਜਾਵਾਂ, ਵਿਚਲੀ ਤੋਂ ਤੂੰ ਤੇ ਕੁਛ। ਲੈ ਜੀ ਸਰ, ਜਨਾਬ ਬਹੁਤ ਫਿਲਮ ਚੱਲੀ ਤੁਹਾਡੀ ਬਾਹੂਬਲੀ ਸਾਹਿਬ। ਖੈਰ ਖੈਰ, ਹਰ ਜਗ੍ਹਾ ਯਾਰ ਕਿੱਥੇ ਦਾ ਬਾਹੂ ਅਤਾਬਖਸ਼ ਉਰਫ ਬਾਹੂਬਲੀ ਪੱਟੀ। ਬਾਹੂਬਲੀ ਭੱਟੀ ਜੀ, ਕਿੱਥੇ ਦੇ ਹੋ ਤੁਸੀਂ? ਰੈਸ ਗੋਜਰਾ ਜੀ। ਗੋਜਰਾ ਕਿੱਥੇ ਕਰਕੇ? ਪਲਾਟਾਂ ਚ, ਜਿਹੜਾ ਟੋਬੇ ਰੋਡ ਨਹੀਂ ਜਾਂਦਾ, ਲਾਈਨਾਂ ਤੇ ਪਲਾਟ। ਸਾਰੇ ਕਰੈਕਟਰ ਨੇ ਉਹਦੇ ਤੇ ਵੇਖ ਲਓ। ਭੈਣ ਬਾਹੂਬਲੀ ਸਾਹਿਬ ਨੇ ਜਿਹੜੇ ਬਾਹੂਬਲੀ ਫਿਲਮ ਅਸੀਂ ਵੇਖੀ ਹੈ ਉਹੀ ਨੇ। ਹਾਂਜੀ ਹਾਂਜੀ, ਇੱਥੋਂ ਹੀ ਗਏ ਅਸੀਂ। ਅੱਛਾ, ਅਸੀਂ ਉੱਧਰ ਰਹਿ ਗਏ। ਮੇਰੇ ਅੱਬੂ ਜੀ ਜਿਹੜੇ ਉਹ ਗੋਜਰੇ ਦੇ ਸਰ, ਮੇਰੀ ਪਤਾ ਜਿੱਥੇ ਦੀ ਹੈ ਜੀ। ਅੱਛਾ, ਨਹੀਂ ਨਹੀਂ ਜੀ, ਝੂਠ ਬੋਲਿਆ ਜੀ। ਇਹਨਾਂ ਦਾ ਬਾਲਦ ਜਿਹੜੇ ਦਾਦਾ ਜੀ ਸਾਡੇ, ਉਹ ਬਾਹੂਬਲੀ ਅਸਲ ਸਨ ਵੱਡੇ। ਹਾਂਜੀ, ਮਹਿੰਦਰ ਬਾਹੂ, ਮਹਿੰਦਰ ਬਾਹੂਬਲੀ। ਤੇ ਇਹ ਤੇ ਉਹਦੀ ਮਾਂ ਨੇ ਜਿਹੜਾ ਇੰਜ ਕਰਕੇ ਸਮੁੰਦਰ ਦੇ ਵਿੱਚੋਂ ਇੰਜ ਕੀਤਾ। ਹਾਂ ਹਾਂ ਹਾਂ, ਅੰਮੀ ਜੀ ਨੇ ਕੀਤਾ ਸੀ। ਬੇਸਿਕਲੀ ਮੈਂ ਦੱਸਦਾ ਜਿੱਦਾਂ ਤੁਹਾਡੇ ਨੀ ਹੁੰਦਾ ਛੋਟੇ ਗੁਲਾਮ ਵਾਲੀ ਵੱਡੇ ਗੁਲਾਮ ਵਾਲੀ, ਸਾਡੇ ਵੀ ਛੋਟਾ ਬਾਹੂਬਲੀ ਵੱਡਾ ਬਾਹੂਬਲੀ, ਇਹਦਾ ਸਾਡੇ ਵੀ ਆ। ਅੱਛਾ, ਬਾਹੂਬਲੀ ਨੀ ਗੜੀ ਸ਼ਾਹੂਬਲੀ ਲੱਗਣ ਦੇ ਯਾਰ। ਅੱਛਾ ਬਾਹੂ, ਅੱਛਾ ਬਾਹੂ ਗੱਲ ਸੁਣ, ਉਹ ਕੀ ਫਿਲਮ ਦੇ ਵਿੱਚ ਰੌਲਾ ਸੀ? ਮਤਲਬ ਉਹ ਸਾਰਾ ਚੱਕਰ ਕੀ ਆ? ਮਤਲਬ ਮੈਨੂੰ ਸਮਝ ਨਹੀਂ ਆਈ ਵੀ ਉਹ ਦੋ ਤਿੰਨ ਪਾਰਟ ਮੈਂ ਨਾ ਮਿਕਸ ਟੈਪ ਜੇ ਵੇਖ ਲਏ ਆ। ਯਾਨੀ ਕਿ ਮੇਰੇ ਨਾਲ ਇਸ ਤਰ੍ਹਾਂ ਹੋਇਆ ਕਿ ਵੀ ਮੈਂ ਪਹਿਲਾ ਪਾਰਟ ਵੇਖਿਆ 20 ਮਿੰਟ ਦਾ, ਬੰਦ ਕਰਤਾ, ਅਗਲੀ ਵਾਰੀ ਮੈਂ 20 ਮਿੰਟ ਤੋਂ ਦੂਜਾ ਲਾ ਲਿਆ। ਮੈਂ ਕਹਿ ਰਿਹਾ ਯਾਰ ਇਹ ਤੇ
ਪਿਛਲੇ 20 ਮਿੰਟ 'ਚ ਤਾਂ ਇਹ ਸੀ ਅਤੇ ਇਹ ਸੀ, ਇਹ ਇਹਦੀ ਮਾਂ ਜਵਾਨ ਸੀ ਅਤੇ ਇਹ ਹੁਣ ਬੁੱਢੀ, ਮਤਲਬ ਮੈਂ ਇੱਦਾਂ ਕਰਕੇ ਮਿਕਸ ਟਾਈਪ ਜਿਹਾ, ਮੈਨੂੰ ਸਮਝ ਨਹੀਂ ਆਈ ਕੋਈ ਜਿਹੜੀ ਕੀ ਰੌਲਾ ਕੀ ਤੁਹਾਡੇ ਉਹਦੇ 'ਚ, ਕੋਈ ਕੀ ਰਿਸ਼ਤੇਦਾਰੀ ਸੀ ਆਪਸ 'ਚ ਤੁਹਾਡੀ ਉੱਥੇ ਜਿਹੜੀ? ਅੱਛਾ ਜੀ ਦੇਖੋ ਜੀ, ਜਿਹੜੀ ਮੇਰੀ ਵਾਲਦਾ ਸਨ ਰਾਜ ਮਾਤਾ ਸ਼ਿਵ ਕਾਮਨੀ ਦੇਵੀ, ਉਹਨਾਂ ਦੇ ਜਿਹੜੇ ਪਹਿਲੇ ਹਸਬੈਂਡ ਸਨ ਜਾਣੀ ਕਿ ਮੇਰੇ ਵਾਲਦ ਸਾਹਿਬ, ਉਹਨਾਂ ਦੀ ਡੈਥ ਹੋ ਗਈ ਸੀ ਜੀ, ਉਹ ਪਰਦਾ ਕਰ ਗਏ ਸੀ। ਹਾਂਜੀ, ਅਤੇ ਉਸ ਤੋਂ ਬਾਅਦ ਸੀ ਉੱਥੇ ਗੌਰਮੈਂਟ ਜਿਹੜਾ ਨਹੀਂ ਸੀ ਹਸਪਤਾਲ, ਜਨਰਲ ਹਸਪਤਾਲ 'ਚ ਬਲਾਲ ਦੇਵ ਮੇਰਾ ਦੂਜਾ ਭਾਈ ਸੀ। ਹੁਣ ਬਲਾਲ ਦੇਵ, ਉਹ ਬਲਾਲ ਦੇਵ, ਬਲਾਲ ਦੇਵ ਨਹੀਂ ਯਾਰ, ਬਲਾਲ ਉਹੀ ਬਲਾਲ, ਬਲਾਲ ਦੇਵ, ਬਲਾਲ ਦੇਵ ਕਟੱਪਾ ਮੇਰਾ ਮਾਮਾ ਸੀ ਜੀ, ਗੰਜਾ ਭੈਣ ਜਿਹੜੀ ਇਹਦੀ ਵਾਲਦਾ ਸੀ ਨਾ, ਉਹ ਉਹਨਾਂ ਨੇ ਬਲਾਲ ਦੇਵ ਜਿਹੜਾ ਸੀ ਨਾ ਮਹਿੰਦਰ ਦਾ ਪਿਓ, ਉਹਨੇ ਉਹਦੇ ਨਾਲ ਸ਼ਾਦੀ ਕੀਤੀ ਸੀ, ਤੇ ਫਿਰ ਉਹ ਜਿਹੜਾ ਮਾਮਾ ਸੀ ਨਾ ਉਹਨੂੰ ਨਾਲ ਨੌਕਰਾਂ ਤਰ੍ਹਾਂ ਰੱਖਿਆ, ਗੁਲਾਮ ਬਣਾ ਕੇ, ਤੇ ਉਹ ਗੁਲਾਮ ਬਣਾ ਕੇ ਤਿੰਨਾਂ ਚੋਂ ਪੀੜੀਆਂ ਤੀਕਰ ਚੱਲਦਾ ਹੋਣ ਡਿਆ ਸੀ। ਅੱਛਾ, ਕਟੱਪਾ ਜਿਹੜਾ ਸੀ, ਕਟੱਪਾ ਮਾਮੂ ਸੀ, ਮਾਮੂ ਸੀ। ਅੱਛਾ ਅੱਛਾ ਅੱਛਾ, ਮਾਮੂ ਬਣਾਇਆ ਹੋਇਆ ਸੀ ਇਹਨਾਂ ਨੇ ਵਿਚਾਰੇ ਨੂੰ ਯਾਰ, ਬੰਦਾ ਚੰਗਾ ਸੀ। ਆਹੋ ਦੇਖੋ, ਉਹਨਾਂ ਨੇ ਬਹੁਤ ਕੰਮ ਲਿਆ ਯਾਰ, ਉਹ ਵਿਚਾਰੇ ਨੂੰ ਮੁਫ਼ਤ ਹੀ ਨਜਾਇਜ਼ ਸੀ ਮਤਲਬ। ਨਹੀਂ ਨਹੀਂ, ਕੰਮ ਕੁੰਮ ਤਾਂ ਕੋਈ ਵੀ ਨਹੀਂ, ਜੰਗਾਂ ਜੁੰਗਾਂ ਤਾਂ ਹੁੰਦੀਆਂ ਨਹੀਂ ਸੀਗੀਆਂ, ਘਰ ਬੈਠੇ ਲੰਗਰ ਪੀੜਦੇ ਰਹੇ। ਮਾਮੂ ਕਟੱਪੇ ਨੇ ਤਾਂ ਸਾਨੂੰ ਇੱਥੇ ਤੱਕ ਪਹੁੰਚਾਇਆ ਵਾ। ਉਹ ਕਿੱਦਾਂ, ਘਰ ਦੀ ਗੱਲ ਬਾਹਰ ਫਿਲਮਾਂ 'ਚ ਕਿੱਦਾਂ ਆ ਗਈ? ਦੇਖੋ ਨਾ, ਚਾਰ ਦੀਵਾਰ 'ਚ ਬਹਿ ਕੇ ਜਿੱਥੇ ਮਾਮੂ ਜੀ ਜਾਂਦੇ ਜਾ ਕੇ ਰਫੜ ਪਾ ਲੈਂਦੇ ਸੀ, ਇੱਕ ਵਾਰੀ ਤਲਵਾਰ ਲੈਣਗੇ ਤੇ ਉਹਨੂੰ ਕਹਿੰਦੇ ਅਦਭੁਤ ਹੈ ਯੇ ਸ਼ਮਸ਼ੀਰ, ਹਮਾਰੀ ਰਫਤਾਰ ਕੇ ਆਗੇ ਨਹੀਂ ਟਿਕੇਗੀ। ਉੱਥੇ ਲੜ ਪਿਆ, ਮੈਨੂੰ ਉੱਥੇ ਜਾਣਾ ਪਿਆ ਮੁੜ ਕੇ। ਅੱਛਾ, ਤੂੰ ਯਾਨੀ ਕਿ ਉਹਨਾਂ ਦੇ ਮਗਰ ਮਗਰ ਬਾਤ ਐ ਨਹੀਂ, ਮਗਰ ਬੇਸਿਕਲੀ ਤੂੰ ਯਾਨੀ ਕੋਈ ਸ਼ਰੀਫ ਆਦਮੀ ਆ, ਨਾਈਸ ਮੈਨ, ਨਾਈਸ ਮੈਨ ਆ, ਲੇਕਿਨ ਉਹਨਾਂ ਦੇ ਵੇ ਤੋਂ ਤੂੰ ਲੜਦਾ ਰਿਹਾ ਜੀ। ਸਰ ਇੱਕ ਸਵਾਲ ਪੁੱਛਣ ਸੀ ਨਾ, ਟਰਲ ਜਿਹਾ ਗਲੇ 'ਚ ਕਾਤੋਂ ਪਾਇਆ ਸਰ? ਉਹ ਜਿਹੜਾ ਬੈਠਾ ਨੀ ਤੁਹਾਡੇ ਭਾਈ ਨੇ ਇੱਕ ਹੱਥ ਨਾਲ ਚੁੱਕ ਕੇ ਸੁੱਟਿਆ? ਹਾਂ, ਕਿਹੜੇ ਮੇਰੇ ਭਾਈ ਨੇ? ਮੈਂ ਭਾਜੀ। ਅੱਛਾ ਅੱਛਾ, ਓਕੇ ਓਕੇ ਓਕੇ, ਠੀਕ। ਬਾਹੂਬਲੀ ਮੇਰਾ ਭਾਈ ਦਾ ਕਰਿਆਨੇ ਦਾ ਕੰਮ ਕਰਦਾ, ਉਹ ਵਿਹੜੇ ਕਿੱਥੇ ਚੜਨ ਲੱਗਦੇ ਸਰ? ਉਹ ਵਿਹੜਾ ਫਿਰ ਮੈਂ ਘੁਮਾਇਆ, ਚਾਰ ਕਮੇਟੇ ਦਿੱਤੇ ਉਹਨੂੰ, ਤੇਰਾ ਵਿਹੜਾ ਚੱਕਰਾਂ 'ਚ ਆਇਆ, ਫਿਰ ਮੈਂ ਚਲਾ ਲਈ ਉਹਦੀ, ਇਹ ਭਾਜੀ ਨਾਮ ਹੋਇਆ ਮੈਨੂੰ। ਆਹੋ ਆਹੋ, ਉਹਨੇ ਪਾਈ ਹੁੰਦੀ ਹੈ। ਇਹ ਦੇਖੋ, ਇਹ ਹੁਣ ਮੈਂ ਨਹਾਉਣ ਧੋਣ ਦਾ, ਇਹ ਭਾਜੀ ਤੁਹਾਡੀ ਹੋ ਗਈ। ਰੋਕਿਆ ਪਹਿਲੇ ਮੈਂ ਘੁਮਾਇਆ ਵਾ, ਜਦੋਂ ਦੇਵ ਸਿੰਘ ਨਾਲ ਆਇਆ ਨਾ ਵਿਹੜਾ, ਜਦੋਂ ਸਿਰਾਂ ਦੇ ਸਿੰਘਾਂ ਨੂੰ ਅੱਗਾ ਲਾਈਆਂ ਮੈਂ ਤੀਰ ਮਾਰ ਕੇ, ਉਦੋਂ ਪਹਿਲੇ ਵਿਹੜਾ ਦੇਵ ਸਿੰਘ ਨਾਲ ਆਇਆ, ਮੈਂ ਜੇ ਹੱਥ ਨਾਲ ਘੁਮਾਇਆ ਪੂਰਾ, ਮੈਨੂੰ ਤੇ ਨਾਮ ਉਹਨੇ ਫਿਰ ਮੇਰੀ ਰੇਸ ਕੀਤੀ ਆ ਬਲਾਲ ਨੇ, ਕੱਚ 'ਚ ਲਿਆ ਸੀ ਜਦੋਂ। ਨਹੀਂ ਨਹੀਂ, ਕੱਚ 'ਚ ਬਹਿੜਾ ਨਹੀਂ ਸੀ ਹੈ। ਤੇ ਤੁਸੀਂ ਆਪ ਦੇਖੋ, ਜਦੋਂ ਮੈਂ ਚੜ੍ਹ ਕੇ ਆਇਆ ਦੋ ਵਿਹੜਿਆਂ 'ਤੇ, ਇੱਕ ਲੱਤ ਉੱਧਰ ਰੱਖੀ, ਉੱਧਰ ਰੱਖੀ, ਅਤੇ ਆ ਪੂਰੇ ਭਾਰ ਨਾਲ ਆਇਆ, ਉਹ ਕੈਸਾ ਸੀਨ ਲੱਗਾ ਤੁਹਾਨੂੰ? ਬੜਾ ਜ਼ਬਰਦਸਤ ਲੱਗਾ ਭਾਅ ਜੀ, ਇਹ ਤਾਂ ਉਹ ਤਾਂ ਫਿਲਮ ਵੀ ਤੁਹਾਡੀ ਬਹੁਤ, ਲੇਕਿਨ ਇੱਕ ਜਿਹੜਾ ਵਿੱਚ ਮਸਲਾ ਸੀ ਉਹ ਮਤਲਬ ਮੇਨ ਤੁਹਾਡੀ ਲੜਾਈ ਕਿਹਦੇ ਨਾਲ ਸੀ? ਸਾਡੀ ਆਪਸ 'ਚ ਤੁਸੀਂ ਰਿਸ਼ਤੇਦਾਰ ਸੀ, ਅਤੇ ਲੜਦੇ ਕਿਉਂ ਸੀ? ਸਰ ਸਾਰਾ ਜਾਇਦਾਦ ਦਾ ਰੌਲਾ ਸੀਗਾ, ਉਹ ਜਿਹੜਾ ਮਤਲਬ ਉਹ ਜਿਹੜੀ ਸਰਦਾਰੀ ਉੱਥੇ ਦੀ ਬਾਦਸ਼ਾਹਤ। ਬਲਾਲ ਨੂੰ ਇਹ ਸੀ ਕਿ ਯਾਰ ਸਾਰਾ ਸੰਘਰਸ਼, ਉਹ ਯਾਰ ਬਲਾਲ ਵਾ, ਬਲਾਲ ਮਤਲਬ। ਅੱਛਾ ਯਾਰ ਕੋਈ ਗੱਲ, ਅੱਛਾ ਉਹ ਕੌਣ ਸੀ ਜਿਹਨਾਂ, ਜਿਹੜਾ ਤੁਹਾਡੀ ਉਹ ਵਾਈਫ ਸੀ ਜਿਹਦੇ, ਜਿਹਨੂੰ ਉਹਨੇ ਛੇੜਿਆ ਸੀ ਤੇ ਮੁੜ ਕੇ ਤੁਸੀਂ ਉਂਗਲੀਆਂ ਲਾਤੀ? ਦੇਵ ਸੀਨਾ, ਗਰਦਨ ਕੱਟਦੀ ਸੀ ਤੁਸੀਂ? ਪਤਨੀ ਮੇਰੀ। ਅੱਛਾ, ਤੁਹਾਡੀ ਪਤਨੀ? ਹਾਂਜੀ। ਔਰਤ ਕਾ ਹਾਥ ਡਾਲਨੇ ਵਾਲੇ ਕਾ ਗਲਾ ਨਹੀਂ ਕਾਟਤੇ, ਕਾਟਤੇ ਹੈ ਉਸਕਾ ਗਲਾ। ਕੈਸਾ ਸੀਨ ਸੀ ਭਾਈ? ਬੜਾ ਜ਼ਬਰਦਸਤ ਸੀ ਜੀ। ਅੱਛਾ, ਜਿਹੜੀ ਦੇਵ ਸਿੰਘ ਸੀ,
ਇਹ ਜੌਨ ਸਿਨਾ ਦੀ ਕੀ ਲੱਗਦੀ ਸੀ? ਇਹ ਸੀਨਾ ਪਸੀਨਾ ਹੀ ਸੀ ਆ ਰਹੀ ਗੱਲ। ਅੱਛਾ ਤੇ ਫਿਰ ਕੀ ਬਣਿਆ? ਕੀ ਯਾਰ ਕਟੱਪਾ ਇੱਕ ਜਗ੍ਹਾ ਤੇ ਨਾ ਮੈਨੂੰ ਕਟੱਪਾ ਥੋੜਾ ਜਿਹਾ ਲੱਗਾ ਕਿ ਯਾਰ ਇਹ ਜ਼ਿਆਦਤੀ ਕਰ ਰਿਹਾ, ਕਿਉਂਕਿ ਉਹਨੂੰ ਪਤਾ ਵੀ ਸੀ ਕਿ ਇਹ ਬੰਦੇ ਗਲਤ ਕਹਿ ਰਹੇ ਨੇ ਮੈਨੂੰ। ਹਾਂਜੀ ਹਾਂਜੀ। ਲੇਕਿਨ ਉਹ ਆਪਣੀ ਤਾਬੇਦਾਰੀ ਦੇ ਚੱਕਰ ਦੇ ਵਿੱਚ ਉਹਨੇ ਗਲਤ ਵੀ ਕਰ ਦਿੱਤਾ। ਹਾਂਜੀ ਹਾਂਜੀ। ਉਹਨੇ ਤੁਹਾਡੇ ਵਾਲਦ ਸਾਹਿਬ ਨੂੰ ਵੀ ਉਹਨੇ ਮਾਰਿਆ ਸੀ? ਮੇਰੇ ਵਾਲਦ ਸਾਹਿਬ ਨੂੰ ਉਹਨੇ ਬੇਸਿਕਲੀ ਇੰਨਾ ਨਹੀਂ ਸੀ ਮਾਰਿਆ ਜਿੰਨਾ ਦੱਸਿਆ ਗਿਆ ਵਾ। ਮਾਮੂ ਜੀ ਮੈਨੂੰ ਬਹੁਤ ਪਿਆਰ ਕਰਦੇ ਸੀ, ਹੁਣ ਅੰਮੀ ਦਾ ਹੁਕਮ ਵੀ ਮੰਨਣਾ ਸੀ ਉਹਨਾਂ ਨੇ, ਸ਼ਿਵਕਾਮਨੀ ਮਾਤਾ ਦੇਵੀ ਦਾ ਹੁਕਮ ਵੀ ਸੀਗਾ। ਅੱਛਾ ਯਾਰ ਨਹੀਂ, ਇੱਕ ਜਿਹਦੇ ਚ ਉਹ ਬਾਹੂਬਲੀ ਖੜਾ ਹੁੰਦਾ ਤੇ ਪਿੱਛੋਂ ਮਾਰਦਾ ਜਾ। ਹਾਂਜੀ ਉਹੀ ਦੱਸਣ ਲੱਗਾ ਤੁਹਾਨੂੰ। ਉਹ ਤੁਹਾਡੇ ਵਾਲਦ ਸਾਹਿਬ ਨੂੰ ਮਾਰਦਾ ਵਾ? ਮੈਨੂੰ ਹੀ ਮਾਰਦਾ ਵਾ। ਨਹੀਂ ਉਹ ਤਾਂ ਦੂਜੇ ਪਾਰਟ ਚ ਫਿਰ ਤੁਸੀਂ ਆਉਂਦੇ ਹੋ। ਮੈਂ ਦੋ ਬਾਹੂਬਲੀ ਦੋ ਹੋ ਗਏ ਨਾ, ਤੂੰ ਦੋਵੇਂ ਬਾਹੂਬਲੀ ਤੁਸੀਂ ਮੈਂ ਹੀ ਆ। ਅੱਛਾ ਤੁਸੀਂ ਮੈਨੂੰ ਦੋਵੇਂ ਰੱਖ ਕੇ ਗੱਲ ਕਰਦੀ ਹੋ। ਓਕੇ ਠੀਕ। ਇਹ ਰੌਲਾ ਉੱਥੋਂ ਸ਼ੁਰੂ ਹੋਇਆ ਜਦੋਂ ਜੀ ਉਹ ਸ਼ਿਵਕਾਮਨੀ ਦੇਵੀ ਜਿਹੜੀ ਨਾ ਉਹਨੇ ਅੰਜ ਕਰਕੇ ਸਮੁੰਦਰ ਦੇ ਵਿੱਚੋਂ ਬੱਚਾ ਤਾਂ ਕਰਕੇ ਤੇ ਉਹ ਚਲੇ ਗਈ, ਬਚ ਗਈ, ਲੇਕਿਨ ਐਂਡ ਤੇ ਦੱਸਿਆ ਗਿਆ ਪਰ ਉਹਨੇ ਅੰਜ ਕਰਕੇ ਬੱਚਾ ਤਾਂ ਕੀਤਾ, ਬੱਚਾ ਸਮੁੰਦਰ ਦੀਆਂ ਲਹਿਰਾਂ ਤੋਂ ਬਚਦਾ ਹੋਇਆ ਬਚ ਗਿਆ। ਓਕੇ। ਸੁਬਾ ਉਹਨਾਂ ਨੇ ਕੋਈ ਬੰਦਿਆਂ ਨੇ ਵੇਖਿਆ ਬੱਚਾ ਇੰਜ ਤਾਂ ਕਰਕੇ, ਕੋਈ ਔਰਤ ਜਿਹੜੀ ਉਹਨਾਂ ਵਿੱਚ ਸਮੁੰਦਰ ਦੇ ਉਹ ਡੁੱਬੀ ਪਈ, ਉਹ ਬੱਚਾ ਫੜਿਆ ਤੇ ਉਹ ਫਿਰ ਬੱਚਾ ਲੈ ਕੇ ਤੇ ਚਲੇ ਗਏ। ਉੱਥੇ ਇੱਕ ਬੁੱਢੀ ਨੇ ਉਹ ਬੱਚਾ ਗੋਦ ਲੈ ਲਿਆ। ਹਾਂਜੀ। ਉਹ ਬੱਚਾ ਇਹ ਸੀ ਉਹ ਤੇ ਇਹਨੇ ਜਨਾਬ ਵੱਡਾ ਹੁੰਦਿਆਂ ਹੁੰਦਿਆਂ ਉਹ ਮਾਈ ਚਲੇ ਗਈ ਕਿਤੇ ਗਾਂ ਰੁੜ ਕੇ, ਇਹਨੇ ਇੱਕ ਟਾਰਗੇਟ ਰੱਖਿਆ ਕਿ ਮੇਰੀ ਮਾਂ ਇਸ਼ਾਰਾ ਕਰਦੀ ਸੀ ਉਹ ਤਾਂ ਪਹਾੜੀ ਵੱਲ, ਤੇ ਉਹ ਪਹਾੜੀ ਦੇ ਉੱਤੇ ਚੜ੍ਹਨਾ ਸੀ ਤੇ ਉਸ ਪਹਾੜੀ ਦੇ ਆਲੇ ਦੁਆਲੇ ਇੰਜ ਘੁੰਮ ਘੁਮਾ ਕੇ ਉੱਤੇ ਜਾਣ ਤੇ 1000 ਕਿਲੋਮੀਟਰ ਦਾ ਸਫ਼ਰ ਸੀ। ਅੱਛਾ। ਜਿਹੜਾ ਕਿ ਇਹਨੇ ਇੱਕੋ ਦੋ ਛਾਲਾਂ ਦੇ ਵਿੱਚ, ਯਾਰ ਉਹ ਛਾਲਾਂ ਮੈਨੂੰ ਨੀ ਸਮਝ ਆਈਆਂ ਕਿਹੜੀਆਂ ਛਾਲਾਂ ਮਾਰੀਆਂ ਤੂੰ ਭਾਜੀ। ਬੇਸਿਕਲੀ ਸਾਡੀ ਟ੍ਰੇਨਿੰਗ ਹੁੰਦੀ ਆ ਨਾ, ਉਹ ਗ੍ਰਾਫਿਕ ਹੁੰਦੀ ਆ। ਅੱਛਾ ਚਲੋ ਟ੍ਰੇਨਿੰਗ ਹੁੰਦੀ ਆ। ਟ੍ਰੇਨਿੰਗ ਸੀ ਭਾਜੀ, ਅਸੀਂ ਪਹਾੜ ਟੱਪਣ ਦਾ ਕੰਮ ਸਿੱਖੀਦਾ ਵਾ ਸਾਡੇ ਬਚਪਨ ਤੋਂ ਹੀ, ਸਾਡੇ ਬੱਚਿਆਂ ਨੂੰ ਦਿੱਤਾ ਜਾਂਦਾ ਪਹਿਲੇ ਕੋਠਿਆਂ ਤੋਂ। ਗੋਇਰੇ ਕਿਹੜਾ ਪਹਾੜ ਹੁੰਦਾ? ਨਹੀਂ ਨਹੀਂ ਜਦੋਂ ਅਸੀਂ ਟ੍ਰੇਨਿੰਗ ਲੈਣੀ ਨਾ ਚੰਗ ਦੀ, ਰਿਛ ਉੱਪਰ ਨਿਕਲ ਜਾਈਦਾ ਨਾਨਕ ਗਾਨ। ਅੱਛਾ ਉੱਥੇ ਜਾ ਕੇ ਯਾਰ ਬਾਹੂਬਲੀ ਦੇ ਭਵੀਰੀ ਵਾਲੇ ਟੀਕੇ ਯਾਰ, ਭਵੀਰੀ ਵਾਲੇ ਟੀਕੇ ਹਰ ਬੱਚੇ ਦੇ ਲੱਗਦੇ। ਬਾਹੂਬਲੀ ਉਦੋਂ, ਬਾਹੂਬਲੀ ਦੇ ਵੀ ਲੱਗ ਸਕਦੇ ਚ ਕੋਈ ਗੱਲ ਨਹੀਂ ਸਰ, ਪੋਲੀਓ ਉਦੋਂ ਕਿੱਥੋਂ ਹੋ ਗਿਆ ਯਾਰ, ਸਾਰਾ ਕੁਝ ਹੁੰਦਾ ਸੀ। ਅੱਛਾ ਫਿਰ ਤੇ ਫਿਰ ਭਾਜੀ ਟ੍ਰੇਨਿੰਗ ਅਸੀਂ ਉੱਥੇ ਕੀਤੀ ਆ ਨਾਨਕ ਗਾਨ। ਹਾਂਜੀ ਨਾਨਕ ਗਾਨ। ਸਲਮਾਨ ਤੇ ਉਹਦਾ ਭਰਾ ਵੀ ਨਾਲ ਹੁੰਦਾ ਸੀ। ਅੱਛਾ ਫਿਰ ਇਹ ਜਨਾਬ ਉਹਦੇ ਉੱਤੇ ਪਹਾੜੀ ਦੇ ਇੱਕ ਦਿਨ ਇਹਨੇ ਚੜ ਗਿਆ, ਉਹ ਇੰਜ ਕਰਕੇ ਬਾਪਸ਼ਾਟ ਹੈ ਬਹੁਤ ਬੁਲੰਦ ਸੀ ਉਹ ਤੇ ਉਹਦੇ ਉੱਤੇ ਫਿਰ ਇਹ ਕਰਦਾ ਇੱਕ ਦਿਨ ਚੜ ਗਿਆ। ਉੱਥੇ ਜਦੋਂ ਚੜਿਆ ਵਾ ਤੇ ਫਿਰ ਉੱਥੇ ਇੱਕ ਲੜਕੀ ਦੌੜਦੀ ਹੋਈ ਜਿਹੜੀ ਇਹਨੂੰ ਇਹਨੇ ਵੇਖੀ, ਉਹ ਜਿਹੜੀ ਕੀ ਨਾਂ ਦੱਸਿਆ ਸ਼ਿਵਕਾਮ ਨੇ, ਕੀ ਕੁੜੀ ਦਾ ਨਾਮ ਆ? ਓਏ ਦੇਵਸੀਨਾ ਹੋਰ ਵਾ, ਤੀਰਾਂ ਵਾਲੀ ਉਹ ਹੀ, ਉਹ ਕੁੜੀ ਦੇ ਮਗਰ ਮਗਰ ਇਹ ਭੱਜਦਾ ਰਿਹਾ। ਕੁੜੀ ਬੜੀ ਸੋਹਣੀ ਸੀ, ਇਹਨੂੰ ਇੱਕ ਮਾਸਕ ਲੱਭਾ, ਇਹਨੇ ਮਾਸਕ ਉਹ ਵੇਖਿਆ ਤੇ ਉਹਨੂੰ ਬਣਾ ਕੇ ਨਾ ਮਿੱਟੀ ਤੇ ਉਹਦੀ ਕੁੜੀ ਦੀ ਸ਼ਕਲ ਬਣਾ ਲਈ। ਉੱਧਰ ਉਹ ਕੁੜੀ ਆ ਗਈ ਤੇ ਫਿਰ ਇਹਨੇ ਉਹ ਕੁੜੀ ਦੇ ਨਾਲ ਫਾਈਟ ਕੀਤੀ। ਕੁੜੀ ਦੇ ਨਾਲ ਫਾਈਟ ਕਰਦਾ ਕਰਦਾ ਕੁੜੀ ਨੇ ਦੱਸਿਆ ਵੀ ਤੂੰ ਕੌਣ, ਪੁੱਛਿਆ ਤੂੰ ਕੌਣ ਆ, ਇਹਨੇ ਦੱਸਿਆ ਮੈਂ ਫਲਾਂ। ਉਹਦੇ ਮਗਰ ਹੀ ਚਲਾ ਗਿਆ ਉੱਥੇ ਉਹਦੇ ਪਿੰਡ। ਉਹ ਅਸਲ ਕੁੜੀ ਜਿਹੜੀ ਹੈ ਨਾ ਉਹਨਾਂ ਦੇ ਨਾਲ ਲੜਾਈ ਕਰਨ ਆਈ ਸੀ, ਉਹ ਜਿਹੜਾ ਬਾਹੂ ਕੀ ਉਹ ਬਲਾਵਲ ਮਹਿਲ ਬਲਾਲ ਨੂੰ ਇਹ ਸੀ ਕਿ ਇਹਦੇ ਤੇ ਮੈਂ ਬਹਿਣਾ ਵਾ, ਕਿਉਂਕਿ ਮਾਤਾ ਜੀ ਦੇ ਦਿਨ ਤਾਂ ਪੂਰੇ ਹੋਣ ਵਾਲੇ ਸੀਗੇ, ਪੂਰਨਮ ਹੋਣ ਵਾਲੀਆਂ ਸੀ ਉਹ। ਅੱਛਾ ਯਾਰ ਚੁੱਪ। ਅੱਛਾ ਯਾਰ ਮਾਤਾ ਜੀ ਦੀ ਲੁੱਗੀ ਪੈਣ ਵਾਲੀ ਸੀਗੀ ਉਹ ਬਲਾਲ। ਮੈਨੂੰ ਪੰਜਾਬ ਵੱਡਿਆ ਸੀ ਜਿਹਦਾ ਮੈਂ ਉਹਦੀ ਧੌਣ ਲਾ ਬੈਠਾ। ਹਾਂ ਹਾਂ ਹਾਂ। ਮਾਂ ਜੀ ਨੇ ਮੈਨੂੰ ਉੱਥੋਂ ਹਾਨੋਰ ਐਡ ਕਰਤਾ। ਅੱਛਾ ਜੀ ਮਾਂ ਜੀ ਨੇ ਤੁਹਾਨੂੰ ਹਾਨੋਰ ਐਡ ਕਰਤਾ। ਮੈਂ ਦੇਵ ਸਿੰਘ ਨੂੰ ਲੈ ਕੇ ਬਾਹਰ ਆ ਗਿਆ, ਮੈਂ ਦੱਸ ਕਿਹਾ ਕਿ ਮਾਂ ਜੀ ਤੁਹਾਨੂੰ ਮੇਰੀ ਯਾਦ ਜ਼ਰੂਰ ਆਊਗੀ। ਬਲਾਲ ਨੇ ਕੀਤੀ ਪਲੈਨਿੰਗ, ਬਲਾਲ ਨੇ ਫਿਰ ਪਿੱਛੋਂ ਮਾਂ ਤੇ ਜ਼ੁਲਮ ਕੀਤੇ ਆ,
ਤੇ ਮਾਂ ਜੀ ਨੇ ਨਾ ਮੈਂਟਲੀ ਥੋੜੇ ਜਿਹਾ ਨਾ ਹਿੱਲ ਗਏ ਸੀ, ਡਿਪਰੈਸ਼ਨ ਦਾ ਸ਼ਿਕਾਰ ਹੋ ਗਏ, ਬਲਾਲ ਨੇ ਜ਼ੁਲਮ ਕਰਕੇ ਤੇ ਉਹ ਸੁਨਾਸਾ ਜਿਹੜਾ ਸੀ ਉਹ ਆਪ ਲੈ ਲਿਆ, ਆਪਣੇ ਨਾਮ ਲੈ ਲਿਆ, ਤੇ ਜਿਹੜਾ ਦਾ ਪਿਓ ਸੀ ਨਾ ਉਹ ਮੇਰਾ ਸਤੇਲਾ ਪਿਓ ਸੀ ਬਲਾਲ ਦਾ, ਜਿਹਦੀ ਬਾਹ ਖਰਾਬ, ਉਹ ਮੁੱਛਾਂ ਵਾਲਾ ਜਿਹੜਾ, ਹਾਂ ਜਿਹਦੀ ਚਾਕੂ ਵਰਗੀ ਬਾਹ ਸੀ, ਉਹ ਨਾਂ ਰਲਿਆ ਸੀਗਾ ਭਾਜੀ, ਉਹ ਕਦੀ ਵੀ ਨੀ ਚਾਹੁੰਦਾ ਕਿ ਬਾਹੂਬਲੀ ਅੱਗੇ ਆਵੇ, ਕਿਉਂਕਿ ਤੂੰ ਉਹਦਾ ਸੁਤੇਲਾ ਪੁੱਤਰ, ਸੁਤੇਲਾ ਪੁੱਤਰ ਸੀ, ਮਾਮੂ ਜਿਹੜੇ ਮੇਰੇ ਕਟੱਪਾ, ਉਹਨਾਂ ਦੀ ਜੋਗ ਦਰ ਜੋਗ ਕੋਸ਼ਿਸ਼ ਇਹੀ, ਉਹ ਤੇਰੇ ਸੱਚੀ ਯਾਨੀ ਜੈਨੂਅਨ ਤੇਰੇ ਮਾਮੂ ਸੀ, ਹਾਂਜੀ ਫਿਲਮ 'ਚ ਨਹੀਂ, ਹਾਂ ਉਦਾਂ ਹੀ ਬਾਹਰ ਜ਼ਿੰਦਗੀ 'ਚ, ਹਾਂ ਉਦਾਂ ਹੀ, ਅੱਛਾ ਇਹਨੇ ਫਿਲਮ 'ਚ ਵੀ ਮਾਮੂ ਸੀ, ਅੱਛਾ ਫਿਰ ਭਾਜੀ ਮੈਂ ਉਹੀ ਦੱਸ ਰਿਹਾ, ਫਿਰ ਉੱਥੋਂ ਰੌਲਾ ਬਣਿਆ, ਲੇਕਿਨ ਉਹਨੇ ਫਿਰ ਮਾਤਾ ਜੀ ਨੂੰ ਮਰਵਾ ਦਿੱਤਾ, ਮਾਤਾ ਜੀ ਨੇ ਕਿਹਾ ਮੈਂ ਬਾਹੂਬਲੀ ਨੂੰ ਵਾਪਸ ਲੈ ਕੇ ਆਊਂਗੀ, ਕਿ ਤੂੰ ਮੇਰੇ ਨਾਲ ਜ਼ਿਆਦਤੀਆਂ ਕਰ ਰਿਹਾ ਬਲਾਲ, ਬਸ ਮੇਰੇ ਕੋਲ ਬਹੁਤ ਹੋ ਗਿਆ, ਮੈਂ ਬਾਹੂਬਲੀ ਨੇ ਜ਼ਿਆਦਤੀ ਕੀਤੀ, ਮਾਤਾ ਜੀ ਜਦੋਂ ਮੈਨੂੰ ਵਾਪਸ ਲੈ ਕੇ ਆਏ ਨਾ, ਫਿਰ ਲੇਕਿਨ ਉਹ ਨਾ ਪਤਾ ਲੱਗ ਗਿਆ ਮਾਤਾ ਜੀ ਨੂੰ ਕਿ ਬਲਾਲ ਨੇ ਮੈਨੂੰ ਮਰਵਾ ਦੇਣਾ, ਮਾਤਾ ਜੀ ਨੇ ਕਿਹਾ ਇਸ ਤੋਂ ਪਹਿਲੇ ਬਲਾਲ ਨੂੰ ਮਰਵਾਏ, ਮੇਰਾ ਪੁੱਤਰ ਬਾਹੂਬਲੀ ਮੇਰੇ ਕੋਲ ਨਹੀਂ ਦੇਖਣਾ, ਬਲਾਲ ਨੂੰ ਮਰਾਏ, ਕਟੱਪਾ ਤੂੰ ਉਹਨੂੰ ਮਾਰ ਦੇ, ਕਟੱਪਾ ਨੇ ਫਿਰ ਪਿੱਛੋਂ ਮੇਰੇ ਤਲਵਾਰ ਮਾਰੀ, ਮੇਰਾ ਨਿਸ਼ਾਨ ਨਹੀਂ ਹੈਗਾ, ਦਿਖਾਵਾਂ ਭਾਈ ਕਟੱਪਾ ਨੇ ਕਿਉਂ ਆਪਣੇ ਭਾਂਜੇ ਨੂੰ ਮਾਰਿਆ, ਇਹੀ ਤੇ ਮੈਂ ਪੁੱਛਣ ਰਿਹਾ ਭਾਜੀ, ਕੋ ਤਰੀਕ ਧਾਗਾ ਚੱਲਿਆ ਮੈਨੂੰ ਇੰਨਾ ਨਹੀਂ ਪਤਾ ਸਿਰਫ ਇੱਕ ਹੁਕਮ ਮੰਨਣ ਵਾਸਤੇ ਜ਼ਿਆਦਤੀ ਕਰ ਦਿੱਤੀ, ਐਂਡ ਤੱਕ ਪਛਤਾਵਾ ਵੀ ਰਿਹਾ, ਹਾਂਜੀ ਮੇਰੇ ਜਿਹੜਾ ਮੇਰਾ ਦੂਜਾ ਬੇਟਾ ਸੀ ਨਾ, ਮੇਰਾ ਦੂਜਾ ਪਾਰਟ, ਉਹਦੇ ਕੋਲ ਮਾਫੀਆਂ ਮੰਗੀਆਂ ਕਟੱਪੇ ਨੇ, ਲੇਕਿਨ ਕਟੱਪੇ ਨੂੰ ਮਾਤਾ ਜੀ ਨੇ ਇਹ ਕਿਹਾ ਸੀਗਾ ਕਿ ਅਗਰ ਮੈਂ ਮਾਰਾਂਗੀ ਤੇ ਮੈਂ ਬੜਾ ਡੇਂਜਰਸ ਕਿਸਮ ਦਾ ਮਾਰਾਂਗੀ, ਤੂੰ ਮਾਰੇਗਾ ਚੱਲ ਇਹ ਹੋਏਗਾ ਕਿ ਜਰਾ ਲਾਈਟ ਜਿਹਾ, ਕਿਹਨੂੰ ਮਾਰੇਗਾ, ਮੇਰੇ ਮੇਰੇ ਮੋਤੀ ਪਰੋਤੇ ਨੇ ਪੂਰਾ ਇੰਜ ਕਰਕੇ ਆ ਪਿੱਛੋਂ ਆਇਆ ਪੂਰਾ, ਅੱਛਾ 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 ਅੱਛਾ, ਉਸ ਤੋਂ ਬਾਅਦ ਭਾਜੀ ਦੇਖੋ ਤੁਸੀਂ ਗੱਲ ਸੁਣੋ, ਬਲਾਲ ਜਿਹੜਾ ਆਪਣਾ ਰਾਈਟਰ ਨਹੀਂ ਬਲਾਲ ਬਲਾਲ, ਉਹਨੇ ਆਪਣੀ ਮੂਰਤੀ ਬਣਵਾਈ ਸੋਨੇ ਦੀ, ਤਕਰੀਬਨ ਕੋਈ 60 ਫੁੱਟੀ, 500 ਬੰਦੇ ਨੇ ਰੱਸੇ ਨਾਲ ਖਿੱਚ ਕੇ ਮੂਰਤੀ ਖੜੀ ਕਰਨੀ ਸੀ, ਇੱਕ ਬੰਦੇ ਦਾ ਹਲਕਾ ਜਿਹਾ ਪੈਰ ਫਿਸਰਿਆ ਵਾ, ਮੂਰਤੀ ਜਾ ਪਈ, ਇੰਨੀ ਉਚਾਈ ਤਾਂ ਤੁਹਾਡੇ ਭਾਈ ਨੇ ਮੂਰਤੀ ਬਚਾਈ, ਇੰਨੀ ਉਚਾਈ, ਮੂਰਤੀ ਥੱਲੇ ਵੱਜ ਜਾਂਦੀ, ਪਟਾਕਾ ਪੈ ਜਾਂਦਾ, ਪਾਸ਼ ਪਾਸ਼ ਹੋ ਜਾਂਦੀ, ਉੱਥੇ ਥੱਲੇ 200 ਬੰਦਾ ਆਉਣ ਡਿਆ ਸੀਗਾ, ਮੈਂ ਜੇ ਫੜਿਆ ਉੱਥੇ ਇੱਕ ਬੰਦੇ ਨੇ ਮੈਨੂੰ ਪਛਾਣ ਲਿਆ, ਮੈਂ ਮਾਸਕ ਪਾਇਆ ਸੀਗਾ, ਇੰਨੇ ਕਰਕੇ ਨਿਕਾਬ ਪੱਟੀ, ਬਾਹੂਬਲੀ ਪੱਟੀ, ਉਹ ਬਾਹੂ ਪੱਟੀ, ਤੇ ਉੱਥੇ ਭਾਜੀ ਸਾਰਾ ਰੌਲਾ ਪਾਤਾ ਬਾਹੂਬਲੀ, ਅੱਖਾਂ ਬੜੀਆਂ ਮੇਰੀਆਂ, ਤਾਂ ਅੱਖਾਂ ਨੀਲੀਆਂ ਹੁੰਦੀਆਂ ਸੀ, ਆਹ ਤਾਂ ਲੈ ਲਿਆ ਮੈਨੂੰ ਡਸਟ ਨੇ, ਉਹ ਭਾਜੀ ਫਿਰ ਉਹਨੇ ਪਛਾਣ ਲਿਆ ਕਿ ਬਾਹੂਬਲੀ ਆ, ਤਿੱਲੀ ਪਾਟ ਗਈ ਸੀ ਨਾ, ਅੱਖਾਂ ਨੀਲੀਆਂ ਹੋਈਆਂ ਸੀ, ਫਿਰ ਭਾਜੀ ਫਿਰ ਅੱਛਾ ਇਹ ਗੱਲਾਂ ਛੱਡਣਾ, ਤੂੰ ਮੈਨੂੰ ਰਿਸ਼ਤਾ ਸਮਝਾਣਾ ਵੀ ਫਿਰ ਐਂਡ ਕੀ ਬਣਿਆ, ਕੀ ਰੌਲਾ ਕੀ ਬਣਿਆ, ਐਂਡ ਦੇਖੋ ਜੀ ਕਿ ਮਾਤਾ ਜਿਹੜੀ ਮੇਰੀ ਸੀ, ਤੇਰੀ ਤੁਹਾਡੀ ਜਿਹੜੀ ਬੁੱਢੀ ਆ ਉਹ ਕੌਣ ਸੀ, ਦੇਵ ਸੀਨਾ, ਤੇ ਉਹ ਤੇ ਤੇਰੀ ਮਾਂ ਵੀ ਉਹੀ ਸੀ ਭਾਜੀ, ਜਦੋਂ ਮੈਂ ਜਿਹੜਾ ਇੰਜ ਹੱਥ ਤੇ ਚੁੱਕਿਆ ਹੋਇਆ ਸੀਗਾ, ਉਹ ਰੋਟੀ ਵਾਲਾ ਡੱਬਾ ਸੀ, ਉਹ ਮੈਂ ਹੀ ਸੀ ਭਾਜੀ, ਉਹ ਮੈਂ ਬਚ ਗਿਆ, ਉਹ ਸ਼ਿਵਕਾਮਨੀ ਸੀ, ਦੇਵ ਸੀਨਾ ਦੀ ਬੁੱਢੀ ਸੀ ਜੀ, ਹਾਂਜੀ ਰਾਜ ਮਾਤਾ ਸ਼ਿਵਕਾਮਨੀ ਦੇਵੀ ਮੇਰੀ ਮਾਂ ਜੀ ਸਨ, ਯਾਨੀ ਕਿ ਮੈਂ ਹੁਣ ਦੂਜਾ ਪਾਰਟ ਦਾਦੀ ਹੋ ਗਈ ਮੇਰੀ ਹੁਣ, ਰਾਖ ਜੀ ਲਿਆਉਂਦੇ ਨੇ ਤੁਰੇ ਆਉਂਦੇ ਸਿੱਧੇ ਹੀ, ਉਹ ਤੇਰੀ ਵਾਲਦਾ ਉਹ ਬੱਲੀ ਹੁੰਦੀ ਸੀ, ਬੱਲੀ ਦੇਣੀ ਹੁੰਦੀ ਆ, ਉਹਨਾਂ ਨੂੰ ਕਿਉਂ ਬੰਨਿਆ ਸੀ, ਕਿਉਂ ਸੰਗਲ ਪਾਏ ਸੀ, ਉਹ ਯਾਰ ਉਹ ਦੱਸਣ ਤੇ ਦਿਆ ਵਾ, ਦੁਬਾਰਾ ਦੱਸ, ਹੁਣ ਮੈਂ ਦੱਸਦਾ, ਜਿਹੜੀ ਦੇਵ ਸੀ ਨਾ ਸੀ ਨਾ, ਉਹਦੇ ਤੇ ਬਲਾਲ ਦੀ ਅੱਖ ਸੀ, ਬੱਚਾ ਬਾਹਰ ਆ ਗਿਆ ਬੇਟਾ, ਹੁਣ ਮੈਂ ਬੇਟਾ ਵੀ ਆ ਪਿਓ ਵੀ ਆਂ, ਯਾਨੀ ਤੂੰ ਪਿਓ ਵੀ ਆ ਤੇ ਬੇਟਾ ਵੀ, ਹਾਂਜੀ ਯਾਨੀ ਤੂੰ ਜਿਹੜਾ ਪਿਓ ਸੀ ਉਹਦੇ ਬੇਟੇ ਦਾ ਤੂੰ ਚਾਚਾ ਵੀ ਆ ਤੇ ਉਹਦਾ ਭਰਾ ਵੀ ਆ,
ਤੁਸੀਂ ਹੀਰ ਸੁਣੀ ਉਹਦੇ ਚ ਕਹਿੰਦਾ ਮੈਂ ਨਜੂਮੀ ਵੀ ਆ ਤੇ ਮਲਾਹ ਵੀ ਆ, ਮੈਂ ਉਹੀ ਹਿਸਾਬ, ਮੈਂ ਪੁੱਤ ਵੀ ਆ ਤੇ ਬੇਟਾ ਵੀ ਆ, ਪੁੱਤ ਵੀ ਆ ਤੇ ਪਿਓ ਵੀ ਆ ਤੇ ਬੇਟਾ ਵੀ ਆ। ਹਾਂਜੀ ਅੱਛਾ, ਹਾਂਜੀ ਜੀ ਸਰ। ਮੈਂ ਕਿਹਾ ਇਹ ਅੱਛੀ ਗੱਲ ਤਾਂ ਨਹੀਂ ਕਿ ਸਾਜ ਜੀ ਪਿਓ ਵੀ ਆ। ਤੂੰ ਵੇਖੀ ਬਾਹੂਬਲੀ? ਤਾਂ ਜੀ ਮੈਂ ਅੱਧੀ ਕਿ ਦੇਖੀ, ਇੱਕ ਪਾਰ ਦੇਖਿਆ ਉਹ ਜਿੱਥੋਂ ਕੋ ਤੀਰ ਛੱਡਦੇ ਉਹ ਤੰਬੂ ਇਹ ਤੇ ਵਾਜਦੇ ਆ ਤੇ ਜਿਹਦੇ ਚ ਜਿਹੜੀ ਹੀਰੋਇਨ ਆ ਉਹ ਤੀਰ ਮਾਰ ਰਹੀ ਹੁੰਦੀ ਹੈ ਤੇ ਮਗਰੋਂ ਤੂੰ ਵੀ ਆਉਣਾ ਤੇ ਤੂੰ ਲੱਖ ਨਾਲ ਲੱਖ ਜੋੜ ਕੇ ਤੁਸੀਂ ਦੋਵੇਂ ਸ਼ੁਰੂ ਕਰ ਦਿੰਦੇ ਮਾਰਨਾ। ਉਹ ਇੱਕ ਗਲੀ ਜਿਹਦੇ ਵਿੱਚ ਜਿੱਥੇ ਉਹ ਬੜਾ ਆਲਾ ਸੀਨ ਸੀ ਯਾਰ। ਸਰ ਉਹ ਕਿਉਂ, ਉਹ ਕੌਣ ਸੀ ਜਿਹੜੇ ਮਾਰਨ ਆਏ ਸੀ? ਉਹ ਦੇਵਸੀਨਾ ਵਾ ਜਿਹਦੇ ਨਾਲ ਲੱਖ ਨਾਲ ਲੱਖ ਜੋੜਦਾ, ਮੇਰੀ ਮਿਸਿਸ ਮੇਰੀ ਪਤਨੀ। ਓਕੇ, ਤੇ ਜਿਹੜੇ ਦੁਸ਼ਮਣ ਸੀਗੇ ਉਹ ਬਲਾਲ ਦੇਵ ਦੇ ਬੰਦੇ ਸੀਗੇ। ਅੱਛਾ, ਬਲਾਲ ਦੇਵ ਨੂੰ ਆਰਡਰ ਹੋਇਆ ਸੀ, ਬਲਾਲ ਦੇਵ ਨੇ ਆਰਡਰ ਕੀਤਾ ਸੀ ਕਿ ਇਸ ਦੇਵਸੀਨਾ ਨੂੰ ਚੁੱਕ ਲਿਓ ਤੇ ਬਾਹੂਬਲੀ ਨੂੰ ਖਲਾਸ ਕਰ ਦਿਓ। ਅੱਛਾ, ਤੈਨੂੰ ਯਾਨੀ? ਹਾਂਜੀ ਹਾਂ। ਅੱਛਾ, ਉਹ ਇਸ ਤੋਂ ਉਹਨਾਂ ਨਾਲ ਲੜਨ ਦੇ ਸੀ? ਹਾਂਜੀ, ਤੇ ਫਿਰ ਪਿੱਛੋਂ ਤੂੰ ਹੀ ਆ ਕੇ ਤੇ ਅੱਛਾ ਇਹ ਗੱਦੀ ਨਹੀਂ ਪਾੜਨੀ ਸਾਡੀ ਨੁੱਕਰ ਥੱਲੇ। ਠੀਕ ਹੈ ਭਾਜੀ। ਬਾਹੂਬਲੀ ਭਾਈ ਉਹ ਜਿਹੜੇ ਤੁਸੀਂ ਉਹਦੀ ਬਾਹ ਤੇ ਟੈਟੂ ਬਣਾਏ ਉਹ ਕੀ ਚੱਕਰ ਸੀ? ਕਿਹਦੇ? ਉਹ ਦੇਵਸੀਨਾ ਦੇ, ਜਦ ਜੰਗਲ ਚ ਭੱਜ ਰਹੇ ਹੁੰਦੇ ਤੁਸੀਂ ਉਹਦੇ ਇੱਥੇ ਫੁੱਲ ਬਣਾਉਂਦੇ। ਭਾਜੀ ਮੇਰੇ ਪੀਰਾਂ ਨੇ ਕਿਹਾ ਸੀਗਾ ਟੈਟੂ ਮਟਾ ਦੇ, ਮੈਂ ਮਟਾਤੇ। ਇੱਥੇ ਨਾ ਬਾਹੂਬਲੀ ਨੇ ਇੱਦਾਂ ਦੇ, ਇੱਥੇ ਇੱਦਾਂ ਦੇ ਬਾਹੂਬਲੀ ਨੇ ਨਗਾ ਨਾ ਕਾਊਂਟਰ ਲਾਇਆ ਹੁੰਦਾ। ਨਾ ਨਾ ਯਾਰ, ਕਰੈਕਟਰ ਦੀ ਨਾ ਕਰੋ। ਅੱਛਾ ਦੱਸੋ, ਤੁਸੀਂ ਇੱਕੋ ਜਿਹੜਾ ਤੰਬੂ ਜਿਹਾ ਸਿੱਟ ਦਿਓ। ਹਾਂਜੀ, ਅੱਗ ਵਾਲਾ? ਨਹੀਂ ਨਹੀਂ, ਅੱਗ ਬਾਅਦ ਚ ਲਾਉਂਦੇ ਆ, ਪਹਿਲੇ ਕੱਲਾ ਤੰਬੂ ਸਿੱਟਦੇ ਆ, ਮੁੜ ਕੇ ਤੁਸੀਂ ਤੀਰ ਮਾਰ ਕੇ ਉਹਦੇ ਚ ਅੱਗ ਲਾਉਂਦੇ ਆ। ਉਹ ਏਡਾ ਵੱਡਾ ਤੰਬੂ ਉਹ ਕਿੱਥੋਂ ਸਵਾਇਆ ਤੁਸੀਂ? ਕਿਹਦਾ ਸੀ? ਸਰ ਅਸੀਂ ਪੂਰਾ ਸਾਲ ਜੰਗ ਦੀ ਤਿਆਰੀ ਕਰਦੇ, ਰਿਹਰਸਲ ਕਰੀਦੀ ਆ, ਸੀਂਦੇ ਰਹਿੰਦੇ ਨੂੰ ਤੰਬੂ, ਹਰ ਸ਼ੈ ਹਾਲਾਤ ਤਿਆਰ ਕਰਦੇ ਹੋ, ਜਿਨ੍ਹਾਂ ਨੇ ਸਾਡੀ ਜੰਗ ਹੋਈ ਸੀ ਉਹਦੀ ਕਾਲ ਕੇ। ਅੱਛਾ ਹਾਂ, ਸਦਰ ਦੇਖੋ ਜੀ, ਹਾਂ ਹਾਂ, ਉਹ ਜਿਹਾ ਕਾਖਾਂ ਜਿਤੇ ਉਹ ਕਾਲ ਕਾ, ਐਦਾ ਜਵੰਡੇ ਪਰਾ ਸਕੋਰਾ ਟਿਕੀ ਪੁਨਾਰੋ ਕੁੱਲੋ, ਇਹਦਾ ਬੋਲਦੇ ਹੁੰਦੇ ਭਾਜੀ। ਅੱਛਾ, ਉਹ ਬੋਲੀ ਉਹਨਾਂ ਦੀ ਸੀ? ਆਪਣੀ ਬੋਲੀ ਆ। ਉਹ ਆਇਆ ਸੀ ਹਾਥੀ ਦੇ ਉੱਤੇ ਜਿਹੜਾ ਬੈਠਾ ਸੀ, ਸੁੱਟਿਆ ਗਿਆ ਤੁਹਾਡੇ ਭਾਈ ਨੇ ਫਿਰ। ਹਾਂ, ਲੇਕਿਨ ਨਾ ਉਹਦਾ ਲੱਗ ਗਿਆ ਸੀ ਬਾਅਦ ਚ, ਇਹਦਾ ਉਹ ਤੇਰੇ ਭਰਾ ਦਾ ਬਲਾਲ ਦੇ, ਬਲਾਲ ਦਾ ਮੈਂ ਜਾਣ ਕੇ ਲਵਾਇਆ, ਮੈਂ ਕਿਹਾ ਯਾਰ ਵੱਡਾ ਭਾਈ ਆ, ਕ੍ਰੈਡਿਟ ਹੋ ਜਾਵੇ, ਉਹ ਸ਼ੋਕ ਹੀ ਹੋ ਗਿਆ ਯਾਰ। ਆਪਣੇ ਤੀਰ ਦਾ ਹੀ ਮੈਂ ਤੀ ਟਾਈਮ ਸੈੱਟ ਸਾਫ ਕਰਾਂ ਜਾਣ ਲੱਗੇ ਭਾਈ ਬਾਹੂਬਲੀ ਜਾਲੇ ਤੇ ਮਾਰਦੇ ਨੁੱਕਰਾਂ ਚ ਯਾਰ ਤੇਰੀ ਮਿਹਰ। ਹਾਂਜੀ, ਇੱਕ ਮੈਂ ਹੋਰ ਸੀਨ ਦੇਖਿਆ, ਉਹ ਨਾ ਲੋਹੇ ਦੇ ਉਹ ਫੁੱਟਬਾਲ ਜਿਹਾ ਬਣ ਕੇ ਉੱਧਰ ਜਾ ਕੇ ਡਿੱਗਦੇ, ਪੰਜ ਪੰਜ ਛੇ ਛੇ ਜਾਣੇ ਉੱਡ ਕੇ ਜਾਂਦੇ। ਆਹੋ ਆਹੋ, ਉਹ ਬਲਾਲ ਦੀ ਕਾਰਵਾਈ ਸੀ ਇਹਨੇ। ਨਹੀਂ ਨਹੀਂ, ਉਹ ਬੱਚਾ ਸਹੀ ਕਹਿ ਰਿਹਾ ਜਿਹੜਾ ਅਸੀਂ ਖਜੂਰ ਦੇ ਦਰਖਤ ਵਾ ਭਾਜੀ, ਅਕਸਰ ਤੁਸੀਂ ਕਿਸੇ ਨੂੰ ਪੁੱਛ ਲਓ ਨਾ, ਕਿਸੇ ਸਾਇੰਸਦਾਨ ਨੂੰ ਪੁੱਛ ਲਓ ਨਾ, ਖਜੂਰ ਦੇ ਦਰਖਤ ਦੇ ਵਿੱਚ ਲਾਸਟਿਕ ਹੁੰਦੀ ਭਾਜੀ, ਉਹ ਫਲੈਕਸੀਬਲ ਹੁੰਦਾ ਵਾ, ਹੁਣ ਤੁਸੀਂ ਟੇੜਾ ਕਰੋਗੇ ਨਾ ਫਿਰ ਉੱਥੇ ਹੀ ਆ ਜਾਏਗਾ। ਉਹ ਸਾਡੀ ਗੇਮ ਸੀ, ਇਸ ਵਿੱਚ ਕਿਲੇ ਠੋਕੇ ਆ ਉੱਤੇ ਚੜੇ ਆ, ਨਾਲ ਸਾਡੇ ਕੋਲ ਕਲਾਂਟਾਂ ਸੀਗੀਆਂ, ਉਹ ਢਾਲਾ ਕਲਾਂਟਾ ਕਲਾਂਟਾ ਨਹੀਂ ਯਾਰ, ਢਾਲ ਢਾਲ, ਨਾਲ ਸਾਡੇ ਕੋਲ ਢਾਲਾ ਸੀ, ਢਾਲਾ ਸੀ ਜੋੜੀਆਂ ਇੱਕ ਦੂਜੇ ਦੇ ਬਾਜੂ ਫੜੇ ਆ, ਉਹ ਐਂ ਕਰਕੇ ਛੱਡਿਆ ਅਸੀਂ ਉੱਧਰ ਘਰ ਪਹੁੰਚ ਗਏ। ਹਾਂ ਯਾਰ, ਉਹਦੇ ਵਿੱਚ ਉਹ ਜਿਹੜਾ ਇੱਕ ਉਹ ਜਾ ਕੇ ਨਾ ਤੇ ਫਿਰ ਥੋੜਾ ਅੱਗੇ ਜਾ ਕੇ ਨਾ ਤੇ ਉਹ ਇੱਕ ਡਿਜ਼ਾਈਨ ਜਿਹਾ ਬਣ ਕੇ ਤੇ ਅੰਜ ਡਿੱਗਦੇ ਵਿੱਚ ਉਹ ਹੀ ਉਹ ਜਿਹਾ ਬਣਦਾ ਫੁੱਟਬਾਲ ਜਿਹਾ ਬਣ ਗਿਆ, ਬਾਅਦ ਚ ਖੁੱਲ ਜਾਂਦੇ। ਅੱਛਾ, ਉਹ ਜਿਹੜੀ ਤੇ ਮਾਂ ਨੇ ਤੈਨੂੰ ਪਾਲਿਆ ਸੀ ਜਿਹਨੇ ਚੁੱਕਿਆ ਤੇ ਉਹਨਾਂ ਦਾ ਇੱਕ ਪੱਥਰ ਸੀ ਜਿਹਨੂੰ ਪੂਜਦੇ ਸਨ, ਉਹ ਏਡਾ ਵੱਡਾ, ਉਹ ਕਿੱਦਾਂ ਤੂੰ ਇੰਨਾ ਚੁੱਕ ਕੇ ਤੇ ਉਹ ਲੈ ਗਿਆ? ਉਹ ਬੜੀ ਗੱਲ, ਮੈਂ ਉਹ ਬੜਾ ਹਾਂ ਹੈ ਯਾਰ ਬਾਜੀ, ਉਦੋਂ ਖਰਾਕਾ ਖਾ ਲਈ ਇਹ ਤੇ ਉਹ ਪੱਥਰ ਵੀ ਚੁੱਕ ਲਿਆ ਸੀ ਜਿਹਨੂੰ ਮੱਛੀ ਚੱਟ ਕੇ ਨਹੀਂ ਮੁੜਦੀ, ਉਹ ਵੀ ਚੁੱਕ ਲਿਆ ਸੀ। ਆਹੋ, ਖਰਾਕਾ ਖਾ ਲਈ, ਮੁੜਨੇ ਨਹੀਂ ਦਈਆਂ ਖਰਾਕਾਂ ਦਾ ਕੀ ਰੌਲਾ? ਖਰਾਕਾਂ ਖਾ ਲਸੀ ਭਾਜੀ, ਦੁੱਧ ਮੱਖਣਾਂ ਦੇ ਪਲੇ ਆ। ਨਹੀਂ ਭਾਜੀ, ਹਰ ਕਾਮਯਾਬ ਹੀਰੋ ਦੇ ਪਿੱਛੇ ਇੱਕ ਐਡੀਟਰ ਦਾ ਹੱਥ ਹੁੰਦਾ। ਸਹੀ ਗੱਲ ਆ, ਸਹੀ ਭਾਜੀ, ਉਹ ਨਾਲੇ ਖਰਾਕ ਠੀਕ ਸੀਗਾ, ਉਹਦਾ ਮਹਿਲ ਚ ਖਾਤਾ ਲੱਗਾ ਸੀ ਸਿੰਘਾਸਨ ਚ। ਹਾਂ, ਨਹੀਂ ਤੇ ਬਾਹੂਬਲੀ ਭਾਈ ਆਪਣਾ ਉਧਰ ਕੋਈ ਹਮਾਮ ਯਾਰ, ਤੁਸੀਂ ਕਿਉਂ ਯਾਰ ਇਸ ਤਰ੍ਹਾਂ ਕਰ ਰਹੇ ਆ? ਉਹਦੇ ਨਹੀਂ ਜੰਗਾਂ ਚ ਟਾਈਮ ਲੱਗਾ, ਉਹਦਾ ਮਾਸ਼ਾਅੱਲਾ ਡੋਲਾ ਡੰਡ ਵੇ, ਅੱਜ ਵੀ ਬਾਹੂਬਲੀ ਆ ਪੂਰਾ, ਭੱਟੀਆਂ ਦਾ ਬਾਹੂਬਲੀ ਆ।
ਅੱਛਾ ਅੱਗੇ ਕੋਈ ਹੋਰ ਵੀ ਕੋਈ ਸੀਨ ਚੱਲ ਰਿਹਾ ਹੁਣ ਤੁਹਾਡਾ ਦੁਬਾਰਾ? ਇਹ ਤੇ ਚਲੋ ਪਿਛਲੀ ਸਾਰੀ ਗੱਲ ਹੋ ਗਈ ਨਾ। ਮਹਿਲ ਮੁਹਲ ਕਿੱਧਰ ਹੁਣ, ਕਿਹਦਾ ਕਬਜ਼ਾ? ਸਭ ਵਿਕ ਵਕਾ ਗਿਆ, ਕਟੱਪਾ ਹੀ ਸਾਰਾ ਦੁਸ਼ਮਣ ਹੋ ਗਿਆ। ਸਭ ਵਿਕ ਵਕਾ ਗਿਆ ਹਾਂਜੀ। ਕੀ ਰੇਟ ਵੀ ਗਿਆ ਉਧਰ? ਨਹੀਂ ਨਹੀਂ, ਮਤਲਬ ਕਿੱਧਰ ਗਿਆ ਉਹ ਸਾਰਾ ਕੁਝ? ਮਲਕ ਉੱਥੇ ਕੋਲੋਂ ਨਹੀਂ ਬਣਾ ਰਿਹਾ। ਨਹੀਂ ਨਹੀਂ, ਫਿਰ ਵੀ ਕੀ ਬਣਿਆ ਫਿਰ ਉਸ ਤੋਂ ਬਾਅਦ? ਆਪਣਾ ਸਾਰਾ ਸੰਗਾਸਨ ਵੇਚ ਕੇ ਕਟੱਪਾ ਦੁਸ਼ਮਣ ਨਿਕਲਿਆ ਵਿੱਚੋਂ। ਨਹੀਂ ਨਹੀਂ ਯਾਰ, ਮੇਰੇ ਮਾਮਾ ਸੀ ਯਾਰ। ਨਹੀਂ ਦੇਖ, ਤੁਸੀਂ ਫਿਲਮ ਮੁੱਕੀ ਆ, ਪਿੱਛੋਂ ਕਟੱਪਾ ਨੇ ਕੰਮ ਪਾਤਾ। ਉਹ ਕਿੱਦਾਂ ਕੀ ਕੀਤਾ ਉਹਨੇ? ਭਾਜੀ ਉਹਨੇ ਕਿ ਤੇਲ ਸੁੱਟਿਆ, ਮਾਜੀ ਤਿਲਕੇ ਨੇ ਆਹ ਥੱਲੇ ਵੱਜਿਆ ਵਾ, ਮਾਜੀ ਪਰਦਾ ਕਰ ਗਏ। ਮੈਨੂੰ ਬੁਲਾ ਲਏ, ਮੇਰੇ ਇੰਨੇ ਜ਼ਖਮ ਲਾਏ ਸੀਗੇ, ਮੈਂ ਵੀ ਜ਼ਖਮਾਂ 'ਚ ਤਾਪ ਨਹੀਂ ਲਿਆਇਆ ਉੱਤੋਂ ਕੋਈ, ਥੋੜ੍ਹਾ ਜਿਹਾ ਵਾਲਦਾ ਨੂੰ ਮੈਂ ਬੇਹੋਸ਼ ਹੋ ਗਿਆ। ਅੱਛਾ ਅੱਛਾ ਅੱਛਾ। ਮੈਨੂੰ ਸਿਵਲ 'ਚ ਲਾਇਆ ਇੱਧਰੋਂ, ਸਿਵਲ ਹਸਪਤਾਲ। ਸਿਵਲ ਹਸਪਤਾਲ ਆਪ ਦੇਖਿਆ ਭਾਈ, ਬਾਹੂਬਲੀ ਅੰਬਾ ਵਾਲੀ ਪੁਲੀ ਤੋਂ ਲੰਘਿਆ ਸੀ। ਤੁਸੀਂ ਯਕੀਨ ਮੰਨੋ, ਸਿਵਲ ਚ ਮੈਂ ਇੰਨਾ ਤੰਗ ਹੋਇਆ, ਮਾਈ ਦੀ ਝੁੱਗੀ ਇੱਕ ਮੁੰਡੇ ਨੇ ਆ ਕੇ ਮੈਨੂੰ ਬੁਲਾ ਦਿੱਤਾ। ਮੈਂ ਕਿਹਾ ਯਾਰ ਅੱਲਾ ਦਾ ਭਲਾ ਕਰੇ, ਮੈਨੂੰ ਤਾਂ ਮੇਰੇ ਮਗਰ ਹੀ ਕੋਈ ਨੀ ਆਇਆ। ਹੁਣ ਤੇ ਕਿਸੇ ਦੁਕਾਨ ਤੇ ਕੋਈ ਚੋਰੀ ਹੋਵੇ ਤਾਂ ਸਾਰੇ ਕਹਿੰਦੇ ਬਾਹੂਬਲੀ ਦਾ ਕੰਮ। ਨਹੀਂ 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 ਨਹੀਂ, ਕਰੈਕਟਰ ਨਾ। ਅੱਛਾ ਭਾਜੀ, ਜਿਹੜਾ ਤੁਹਾਡਾ ਕਜ਼ਨ ਸੀ ਬਲਾਲ ਦੇ, ਉਹਨੇ ਜਿਹੜੀ ਬਲਾਲ ਯਾਰ ਹੈ ਬਲਾਲ, ਉਹਨੇ ਬਲੇਟਾਂ ਵਾਲੀ ਗੱਡੀ ਇੱਕ ਬਣਾਈ ਸੀ। ਆਹੋ, ਅੱਗੇ ਉਹਦਾ ਕੀ ਸਿਸਟਮ ਸੀ ਭਾਜੀ? ਉਹ ਸਾਰਾ ਪੈਸਾ ਤੁਹਾਡੇ ਭਾਈ ਦਾ ਲੱਗਾ, ਮੈਂ ਆਪਣੇ ਹਿੱਸੇ 'ਚ ਉਹਨੂੰ ਪੈਸੇ ਦਿੱਤੇ ਸੀ। ਮੈਂ ਕਿਹਾ ਜਾ ਬਲਾਲ, ਜਿੱਦਾਂ ਦਿਲ ਕਰਦਾ ਤਿਆਰ ਕਰ ਲਾ। ਇੱਕ ਸਵਾਲ ਹੈ, ਜਿਹੜਾ ਸੂਰ ਮਾਰਦਾ ਹੈ ਉਹਦੇ 'ਚ ਖੇਤਾਂ ਦੇ ਵਿੱਚ, ਨਾਲ ਇਹਦੀ ਕੁੜੀ ਹੁੰਦੀ ਆ, ਉਹ ਨਿਸ਼ਾਨਾ ਇਹਨੇ ਕਿੱਦਾਂ ਨਿਸ਼ਾਨੇਬਾਜ਼ੀ ਯਾਰ? ਉਹਦੀ ਪ੍ਰੈਕਟਿਸ ਆ ਯਾਰ, ਬਾਹੂਬਲੀ ਐਵੇਂ ਬਣ ਗਿਆ। ਨਾਲੇ ਬਾਦਸ਼ਾਹਾਂ ਦੇ ਇਹੀ ਹੁੰਦੇ ਸ਼ੌਕ ਸਰ ਜੀ, ਕਿ ਤੀਰਬਾਜ਼ੀ, ਨੇਜ਼ਾਬਾਜ਼ੀ, ਕਬੂਤਰਬਾਜ਼ੀ। ਨਹੀਂ, ਉਹ ਸੂਰ ਮਾਰ ਕੇ ਤੇ ਸੁੱਟ ਕੇ ਵੀ ਆ ਪਾਉਂਦੇ ਸੀ, ਮਤਲਬ ਆਪੇ ਮੁੰਡੇ ਚੁੱਕ ਲੈਂਦੇ ਬੰਦੇ ਰੱਖੇ ਭਾਜੀ। ਅੱਛਾ ਯਾਰ, ਵੈਸੇ ਬਾਹੂਬਲੀ, ਹਾਂਜੀ ਭਾਜੀ, ਇਹਦਾ ਨਾਂ ਹੋਣਾ ਚਾਹੀਦਾ ਬੀਬੀ, ਬਾਹੂਬਲੀ ਬੀਬੀ ਸੀ। ਬੀਬੀ, ਹਾਂਜੀ, ਬੀਬੀ ਸੀ ਮੇਰਾ ਨਿੱਕ ਨੇਮ, ਜਿਹੜਾ ਕਾਲੂ ਆ ਜੀ। ਅੱਛਾ, ਮੈਨੂੰ ਇਹ ਦੱਸ ਕਿ ਹੁਣ ਤੀਸਰਾ ਚੌਥਾ ਪਾਠ ਕਿੰਨੇ ਪਾਠ ਆਏ ਨੇ ਤੁਹਾਡੇ ਉਹਦੇ? ਤਿੰਨ ਪਾਠ ਆਏ ਨੇ? ਤਿੰਨ ਭਾਜੀ। ਚੌਥਾ ਆ ਰਿਹਾ ਕੋਈ ਬੰਦ? ਭਾਜੀ ਪਹਿਲਾਂ ਕਲੀਅਰ ਕਰਨਗੇ ਫਿਰ ਭਾਜੀ ਤੁਹਾਡਾ ਹਾਮੀ ਭਰੂਗਾ, ਅਦਰਵਾਈਜ਼ ਮੈਂ ਨਹੀਂ ਆਉਣਾ। ਕਲੀਅਰ ਮਤਲਬ ਦਿੱਤਾ ਹੀ ਕੁਛ ਨਹੀਂ ਯਾਰ। ਆਹੋ, ਅੱਛਾ ਆਪ ਖਾਈ ਗਿਆ, ਮੈਂ ਤਾਂ ਦਿੱਤਾ ਹੀ ਕੁਛ ਨਹੀਂ। ਤੈਨੂੰ ਬੜੇ ਪੈਸੇ ਮਿਲਣੇ ਸੁਣਿਆ, ਤੂੰ ਅਮੀਰ ਹੋ ਗਿਆ, ਤੇਰਾ ਨਾਂ ਹੋ ਗਿਆ ਦੁਨੀਆ ਤੇ, ਹੋਰ ਕੀ ਚਾਹੀਦਾ ਤੈਨੂੰ? ਦੇਣੇ ਲੈਣੇ ਨਹੀਂ ਮੈਂ ਨਿਲ ਕਰ ਸਕਿਆ ਯਾਰ, ਉਹ ਤੇਰਾ ਮਸਲਾ ਨਾ, ਤੈਨੂੰ ਉਹਨੇ ਪੈਸੇ ਪੂਰੇ ਕਟੱਪੇ ਨੇ ਕੀ ਕੀਤਾ ਵਿੱਚ? ਉਹੀ ਲੰਡਨ ਜਾ ਕੇ ਬਹਿ ਗਿਆ, ਹਰਸ਼ਾ ਵੇਚ ਗਿਆ, ਮਹਿਲ ਵੇਚ ਗਿਆ। ਉਹ ਜਿਹੜੀ ਕਲੋਨੀ 'ਚ ਮੇਰਾ ਮਹਿਲ ਹੁੰਦਾ ਸੀ, ਹੁਣ ਉੱਥੇ ਮੈਂ ਦੁਕਾਨ ਕਿਰਾਏ 'ਤੇ ਲਈ ਹੋਈ ਆ, ਭਰਾ ਪਕੌੜੇ ਸਮੋਸੇ ਲਾਉਣ ਡਿਆ ਵਾ। ਮੈਨੂੰ ਲੋਕ ਰਕਸ਼ੇ ਵਾਲਾ ਵੀ ਕੋਈ ਬਾਹੂਬਲੀ ਭੇਜ ਯਾਰ, ਇੱਕ ਨਾਲ ਭੇਜ। ਇਹ ਜ਼ੁਲਮ ਹੋ ਗਿਆ ਯਾਰ, ਤੇਰੇ ਦੰਦ ਨਿਕਲਦੇ ਯਾਰ। ਉਹਦੀ ਜ਼ਿੰਦਗੀ ਦੇਖਣਾ, ਉਹ ਕਿਹੜਾ ਸੰਘਾਸਨ ਸੀ ਪੂਰਾ। ਸਹੀ ਗੱਲ, ਉਹ ਸਾਰੀ ਪ੍ਰਾਪਰਟੀ, ਸਾਰਾ ਕੁਛ, ਸਾਰਾ ਨਿਜ਼ਾਮ। ਭਾਜੀ ਸਿਵਲ 'ਚ ਸੈਲਾਨੀ ਦੀ ਦਾਲ ਨੀ ਲੰਘਦੀ ਵਿੱਚੋਂ ਦੀ, ਰੇਹੜੀ ਲੈ ਕੇ ਲੰਘਦੇ, ਉਹ ਖਾ ਕੇ ਤੁਹਾਡਾ ਭਰਾ ਜਿੰਦਾ ਰਿਹਾ ਵਾ। ਮੈਂ ਤਾਂ ਮੇਰੇ ਮਗਰ ਕੋਈ ਫਲ ਲੈ ਕੇ ਵੀ ਨੀ ਆਇਆ ਯਕੀਨ ਮੰਨੋ। ਤੇ ਜਿਹੜਾ ਮਹਿਲ ਸੀ ਉਹਦਾ ਕੀ ਬਣਿਆ? ਉੱਥੇ ਸ਼ਾਦੀ ਹਾਲ ਬਣ ਗਿਆ ਭਾਜੀ। ਤੁਹਾਡਾ ਭਾਈ ਆਉਂਦੀਆਂ ਜਾਂਦੀਆਂ ਬਰਾਤਾਂ ਦੇਖ ਕੇ ਖੁਸ਼ ਹੁੰਦਾ, ਉਹੀ ਬਰਾਤਾਂ ਮੈਂ ਲੁੱਟਣ ਡਿਆ ਹੁੰਦਾ ਭਾਜੀ। ਤੇ ਤੂੰ ਬਾਹਰੋਂ ਖਲੋ ਜਾ ਕੇ ਤਲਵਾਰ ਲੈ ਕੇ ਬਾਹੂਬਲੀ ਇਸਤਕਬਾਲ ਕਰ ਲਿਆ, ਇਹ ਵੀ ਖੁਆਣੀ ਭਾਜੀ, ਇਹਦੇ ਆਸਰੇ ਤੁਰੇ ਫਿਰਦੇ ਆ ਯਾਰ। ਇਹਨੇ ਆਪ ਹੁਣ ਤੈਨੂੰ ਕੀ ਕਰਨਾ ਇਹਨੇ, ਇਹ ਕਿਤੇ ਜ਼ਰੂਰਤ ਹੀ ਨਹੀਂ ਇਹਦੀ, ਇਹ ਵੀ ਨਿਕਲਦੀ ਵੀ ਕਿਸੇ ਦਾ ਫਸ ਜਾਂਦੀ ਹੈ। ਉਹ ਤੀਰ ਵੀ ਤੇਰੇ ਸੰਗ ਲੱਗ ਗਏ ਮੇਰੇ ਖਿਆਲ ਉਹਨਾਂ ਨੂੰ ਲੈ। ਅੱਛਾ, ਮੈਂ ਵੈਸੇ ਹੈਰਾਨ ਹਾਂ ਕਿ ਇਹਨੇ ਉਹ ਜ਼ੁਲਮ ਜਦੋਂ ਵੇਖਿਆ,
ਇਹਦੀ ਵਾਲਦਾ ਤੇ ਜ਼ੁਲਮ ਹੋਣ ਡਿਆ। ਸ਼ਿਵਧਾਂਜਲੀ ਕੀ ਨਾਮ ਸੀ ਨਾ? ਰਾਜਮਾਤਾ ਸ਼ਿਵਕਾਮਨੀ ਦੇਵੀ। ਸ਼ਿਵਕਾਮਨੀ ਦੇਵੀ ਉਹ ਜੀ ਜੇਲ੍ਹ ਉਹਦੀ ਏਦਾਂ ਦੀ ਬਣਾਈ ਸੀ ਕਿ ਟੋਇਆ ਕੱਢ ਕੇ ਨਾ ਜੀ, ਤੇ ਉਹਦੇ ਉੱਤੇ ਬੰਦਾ ਇੰਜ ਖੜਾ ਵੀ ਨਹੀਂ ਹੋ ਸਕਦਾ, ਠੀਕ ਹੈ ਜੀ। ਤੇ ਉਹ ਜੇਲ੍ਹ ਜਿਹੜੀ ਆ ਸਿਰਫ ਲੰਮੇ ਪੈਣ ਲਈ ਸੀ, ਉਹਦੇ ਤੇ ਬਹਿ ਵੀ ਨੀ ਸਕਦਾ, ਖੜਾ ਵੀ ਨੀ ਹੋ ਸਕਦਾ, ਤੇ ਉਹਦੀ ਹਾਈਟ ਇੰਨੀ ਕੁ ਰੱਖੀ ਸੀ, ਤੇ ਉਹਦੇ ਚ ਕਿੰਨੇ ਸਾਲ ਰਹੀ ਆ? 40 ਸਾਲ? ਨਹੀਂ ਨਹੀਂ 40 ਸਾਲ ਨੀ, ਐਵੇਂ ਹਵਾਈ ਉੱਡੀ ਆ ਭਾਜੀ, 40 ਨੀ ਰਹੇ। ਫਿਲਮ ਚ ਕਹਿੰਦੇ 40 ਸਾਲ, ਉਹ ਵਾਹ ਵਾ। 20 ਸਾਲ ਪਹਿਲੇ ਪਾੜ ਤੇ ਪਾ ਲਓ, 20 ਸਾਲ ਦੂਜੇ ਪਾੜ ਤੇ ਪਾ ਲਓ, 40 ਸਾਲ ਹੋ ਗਏ। ਅੱਛਾ ਜੀ, ਉਹ ਉਹਦੇ ਚ ਹੀ ਰਹੀ ਆ, ਤੇ ਇਹਨੂੰ ਇੱਕ ਵਾਰੀ ਅਹਿਸਾਸ ਨਹੀਂ ਆਇਆ ਕਿ ਸਭ ਤੋਂ ਪਹਿਲਾਂ ਮੈਂ ਆਪਣੀ ਮਾਂ ਨੂੰ ਰਿਹਾ ਕਰਾਵਾਂ। ਉੱਥੇ ਇਹ ਉਹਦੇ ਨਾਲ ਬਾਦਸ਼ਾਹ ਦੇ ਵਿੱਚ ਪੂਰਾ ਸ਼ਰੀਕ ਰਿਹਾ ਵਾ। ਕਿਹਦੇ ਨਾਲ? ਉਹ ਜਿਹੜੇ ਬਲਾਲ ਨਾਲ। ਭਾਜੀ ਮੈਨੂੰ ਪਤਾ ਹੀ ਨਹੀਂ ਸੀ ਆਇਆ ਵੀ ਮਾਂ ਜੀ ਕਿੱਥੇ ਅਟਕੇ ਨੇ ਉਹਨੇ। ਹਾਂ ਮੈਨੂੰ ਪਤਾ ਲੱਗ ਜਾਂਦਾ ਤੁਹਾਡਾ ਭਾਈ ਚੁੱਪ ਰਹਿਣਾ ਸੀਗਾ। ਨਹੀਂ ਤੇ ਕਟੱਪੇ ਨੇ ਦੱਸਿਆ ਨੀ ਤੈਨੂੰ ਇੱਕ ਵਾਰੀ ਵੀ ਉਹ ਹੈ ਵਾ ਇੱਥੇ? ਕਟੱਪੇ ਦਾ ਤਾਂ ਮੈਨੂੰ, ਮੇਰਾ ਦਿਮਾਗ ਚ ਕਟੱਪਾ ਤੇ ਫਸਿਆ ਕਿ ਉਹ ਉਹ ਵਿੱਚ ਵਿੱਚ ਉਧਰ ਵੀ ਡੰਡੀ ਮਾਰਦਾ ਰਿਹਾ ਵਾ। ਹਾਂਜੀ ਹਾਂ, ਇਹ ਤਾਂ ਮਜਬੂਰੀ ਦੇ ਨਾਲ ਨਾ, ਮਜਬੂਰੀ ਕੇ ਵੀ ਰੋਂਦਾ ਵੀ ਰਿਹਾ ਉਹ। ਦੇਖ ਨਾ ਉਧਰ ਉਹਨਾਂ ਦੀ ਵੀ ਮੰਨਦਾ ਰਿਹਾ ਕਿ ਵੀ ਮੈਂ ਤੁਹਾਡਾ ਗੁਲਾਮ ਆ। ਹਾਲਾਂਕਿ ਉਹਨੂੰ ਪਤਾ ਵੀ ਸੀ ਕਿ ਇਹ ਨਜਾਇਜ਼ ਕਰ ਰਹੇ ਨੇ, ਲੇਕਿਨ ਇਹਦੇ ਬਾਅਦ ਹੱਕ ਦੇ ਨਾਲ ਖੜਾ ਹੋਣਾ ਚਾਹੀਦਾ ਸੀ। ਹਾਂਜੀ, ਤੇ ਖਲੋਤਾ ਨਾ ਹੱਕ ਨਾਲ, ਜਿੰਨੀ ਦੇਰ ਹੁਣ ਇਹਦੇ ਨਾਲ ਜਦੋਂ ਆਇਆ ਫਿਰ ਉਹ ਹੱਕ ਨਾਲ ਖਲੋ ਗਿਆ। ਉਹਨੇ ਕਿਹਾ ਜਿਹੜਾ ਵੱਡੇ ਦੇ ਪਿਓ ਨੂੰ ਜਿਹੜਾ ਉਹਨੇ ਮਾਰਿਆ ਉਹ ਕਿਹੜਾ ਹੱਕ ਸੀ? ਉਹਨੂੰ ਪਤਾ ਸੀ ਕਿ ਨਹੀਂ ਇਹਨੂੰ ਮਾਰਨਾ ਚਾਹੀਦਾ। ਭਾਜੀ ਉਹ ਆਪਣੀ ਜੌਬ ਨਾਲ ਮੁਖਲਸ ਸੀਗਾ, ਜਿਨ੍ਹਾਂ ਦਾ ਕੰਮ ਕਰ ਰਿਹਾ ਸੀ ਉਹਨਾਂ ਦਾ ਹੁਕਮ। ਨਹੀਂ ਨਹੀਂ, ਜੌਬ ਤਾਂ ਮਤਲਬ ਜੌਬ ਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਏ ਵੀ ਮੈਂ ਨਜਾਇਜ਼ ਬੰਦੇ ਮਾਰਨੇ, ਮੇਰੀ ਜੌਬ ਆ ਸਾਰਾ, ਉਹਦੀ ਤੁਹਾਨੂੰ ਪਕੜ ਨਹੀਂ ਹੋਣੀ। ਉਹਦੀ ਰਾਈਟਰ ਦੀ ਪਕੜ ਹੋਣੀ ਉਹਦੀ, ਕਾਹਦੀ ਪਿਆਰੇ ਦੀ। ਬੇਸਿਕਲੀ ਥੀਮ ਸਟੋਰੀ ਦਾ ਇਹ ਵਾ ਕਿ ਉਹ ਹੈਗੀ ਬਾਦਸ਼ਾਹ, ਤੇ ਬਾਦਸ਼ਾਹ ਦੇ ਵਿੱਚ ਹਰ ਜਿਹੜਾ ਉਹਦੇ ਥੱਲੇ ਬੰਦਾ ਵਾ ਉਹ ਗੁਲਾਮ, ਤੇ ਗੁਲਾਮ ਨੇ ਉਹ ਕੰਮ ਕਰਨਾ ਜਿਹੜਾ ਬਾਦਸ਼ਾਹ ਨੇ ਕਹਿਣਾ, ਤੇ ਬਾਦਸ਼ਾਹ ਜਿਹੜਾ ਮਰਜ਼ੀ ਆ ਜਾਵੇ ਉਹ ਬਾਦਸ਼ਾਹ ਉਹ ਗੁਲਾਮ ਜਿਹੜਾ ਉਹਦੀ ਤਬੀਅਤ ਉਹ ਹੀ ਆ ਵੀ ਉਹਨੇ ਮੰਨਿਆ। ਆਹੋ ਯਾਰ, ਬਸ ਇਹ ਵੀ ਸਹੀ ਆ ਨਾਲ ਲੈਂਦੇ ਆ ਕਿ ਗੱਲ ਇੱਕ ਜੰਗ ਅਸੀਂ ਲੜਦੇ ਹਾਂ, ਮਤਲਬ ਹੁਣ ਮੈਂ ਇੱਕ ਮਿਸਾਲ ਆ ਜੰਗ ਦਾ ਸੀ ਫਸਲਾਰ ਆ, ਅੱਗੋਂ ਹੋਰ ਜੰਗ ਲਿਆ ਗਏ, ਹੁਣ ਜੰਗ ਚ ਅਸੀਂ ਵੜ ਗਏ ਲੜਨ, ਹੁਣ ਜਿਸ ਜਿਹੜਾ ਬੰਦਾ ਅੱਗੇ ਮੇਰੇ ਸਾਹਮਣੇ ਲੜ ਰਿਹਾ ਮੈਂ ਉਹਨੂੰ ਨਾ ਜਾਣਦਾ ਨਾ ਗੱਲਬਾਤ, ਉਹ ਪਤਾ ਨੀ ਕਿਹੜੇ ਮੁਲਕ ਦਾ ਸਿਪਾਹੀ ਆ ਕਿੱਥੇ ਦਾ, ਉਹ ਮੇਰੇ ਉੱਥੋਂ ਮਰ ਜਾਂਦਾ ਜਾਂ ਮੈਂ ਉਹਦੇ ਉੱਥੋਂ ਮਰ ਜਾਣਾ, ਤੇ ਇਹ ਇਹ ਕਤਲ ਜਿਹੜਾ ਇਹ ਮਤਲਬ ਆਪਣੀ ਉਹਦੇ ਵਾਸਤੇ ਨਾ ਸਲਤਨਤ ਵਾਸਤੇ, ਹਾਂਜੀ ਉਹਦੇ ਵਾਸਤੇ, ਹਾਂਜੀ ਜੰਗਾਂ ਪਹਿਲੇ ਵੀ ਹੁੰਦੀਆਂ ਰਹੀਆਂ ਨੇ, ਹਾਂਜੀ ਹਾਂਜੀ, ਤੇ ਇਲਾਕਿਆਂ ਵਾਸਤੇ, ਹਾਂਜੀ, ਤੇ ਉਹ ਉਹਦਾ ਕੋਈ ਹੋਰ ਇਹ ਉਹ ਹਿਸਾਬ ਆ, ਇਹ ਉਹ ਹਿਸਾਬ ਆ। ਲੇਕਿਨ ਇਹ ਤਾਂ ਰਿਸ਼ਤੇਦਾਰੀ ਲੜ ਪਿਆ ਆਪਸ ਵਿੱਚ, ਚਾਚੇ ਤਾਏ ਮਾਮੇ ਭਾਂਜੇ ਹੀ। ਉਹ ਭਾਜੀ ਰਿਸ਼ਤੇਦਾਰੀ ਉਹਦੇ ਚ ਰਹਿ ਹੀ ਨਹੀਂ ਗਈ ਜਦੋਂ ਕਟੱਪਾ ਜਿਹੜਾ ਵਾ ਆਪਣੇ ਮਾਲਕ ਦਾ ਹੁਕਮ ਮੰਨਣ ਡਿਆ, ਉਹਦੇ ਲਈ ਭਾਵੇਂ ਮਹਿੰਦਰ ਬਾਹੂਬਲੀ ਹੋਵੇ ਤੇ ਭਾਵੇਂ ਬਲਾਲ ਹੋਵੇ। ਅੱਛਾ ਉਹ ਜਿਹੜਾ ਖਾਣਾ ਆਇਆ ਸੀ ਫੌਜ ਲੈ ਕੇ, ਉਹ ਕਿਧਰ ਉਹ ਕੀ ਕਰਨ ਆਇਆ ਸੀ ਭਾਜੀ? ਉਹ ਸਾਡੀ ਹਕੂਮਤ ਖੋਣ ਹੀ ਆਇਆ ਸੀਗਾ। ਅੱਛਾ, ਲੇਕਿਨ ਮੈਂ ਆਪਣੀ ਦਿਮਾਗ ਦੇ ਨਾਲ ਮੈਂ ਡਿਪਲੋਮਾ ਕੀਤਾ ਜੰਗ ਦਾ ਬਕਾਇਦਾ, ਤੇ ਮੈਂ ਜਿਹੜੀਆਂ ਟ੍ਰੇਨਿੰਗਾਂ ਕੀਤੀਆਂ ਸੀ ਮੈਂ ਸਾਰੀਆਂ ਉੱਤੇ ਅਪਲਾਈ ਕੀਤੀ। ਅੱਛਾ, ਇੱਕ ਹੋਰ ਵੀ ਕੰਮ ਹੁੰਦਾ ਸੀ ਉਹਦੇ ਵਿੱਚ, ਉਹ ਇੱਕ ਫੱਟੀ ਜੀ ਦੇ ਖਲੋ ਕੇ ਅੰਜ ਥੱਲੇ ਨੂੰ ਜਾਂਦੇ ਆ ਤੇ ਫਿਰ ਤਾਂ ਨੂੰ ਆਉਂਦੇ ਆ, ਉਹ ਫੱਟਾ ਜਿਹਾ, ਉਹ ਭਾਜੀ ਉਹ ਵੀ ਜੰਗ ਦਾ ਇੱਕ ਹੁੰਦਾ ਸੀ ਇੱਕ ਦੌਰ ਚ, ਯਾਨੀ ਜਿਹੜਾ ਹੁੰਦਾ ਨਾ ਤੁਹਾਡਾ ਕਿਲਾ ਟੈਪ ਗੋਲ, ਉਹਦੇ ਤੇ ਤੋਪਾਂ, ਉਹ ਜਿਹੜਾ ਹੋਰ ਨਿਜ਼ਾਮ, ਯਾਨੀ ਕਾਫੀ ਉਹਦੇ ਚ ਕੈਟਾਗਰੀਆਂ ਹੁੰਦੀਆਂ ਨੇ। ਉਹਦੇ ਚ ਇਹ ਵੀ ਇੱਕ ਹੁੰਦਾ ਉਹ ਲੰਮੇ ਜਿਹੇ ਫੱਟੇ ਦੇ ਖਲੋ ਕੇ ਤਲਵਾਰ ਫੜ ਕੇ ਥੱਲੇ ਜਾ ਕੇ ਮਾਰ ਕੇ ਤੇ ਫਿਰ ਉਹ ਉੱਤੋਂ ਰੱਸੀ ਖਿੱਚ ਕੇ ਤੇ ਫਿਰ ਵਾਪਸ ਉਹਦੇ ਉੱਤੇ, ਇਹ ਵੀ ਟ੍ਰੇਨਿੰਗ ਹੁੰਦੀ। ਇਹ ਟ੍ਰੇਨਿੰਗ ਤੁਹਾਡੇ ਭਾਈ ਨੇ ਕਿੱਥੋਂ ਸਿੱਖੀ ਭਲਾ? ਇੱਕ ਇੰਗਲਿਸ਼ ਮੂਵੀ ਮੈਂ ਦੇਖੀ ਸੀਗੀ, ਉਹਦੇ ਵਿੱਚ ਕੁੜੀਆਂ ਕੜਾ ਪਾ ਕੇ ਥੱਲੇ ਮਾਰ ਜਾਂਦੀਆਂ, ਹਾਂਜੀ ਉਹ ਜਿੱਦ ਥੱਲੇ ਬਲਾਵਾਂ ਜੀਆਂ ਹੁੰਦੀਆਂ ਨੇ, ਹਾਂਜੀ ਉੱਥੋਂ ਮੈਂ ਨਹੀਂ, ਇਹ ਹੋਰ ਵੀ ਸਾਰਾ ਹੁੰਦਾ ਹਿਸਾਬ ਕਿਤਾਬ। ਤੇ ਖੈਰ, ਤੇ ਬਿਮਾਰੀਆਂ ਦਾ ਵੀ ਆਪੇ ਇਲਾਜ ਕਰ ਲੈਂਦਾ ਸੀ ਨਾ, ਜ਼ਖਮ ਲੱਗਾ ਉਹਦੇ ਤੋਂ ਪੱਤੇ ਤੋੜ ਕੇ ਤੇ ਆਪੇ ਹੀ ਮਲ ਮੁਲ ਕੇ ਤੇ ਇਲਾਜ ਕਰ ਲੈਂਦਾ। ਇਦਾਂ ਹੀ ਹੁੰਦਾ ਸੀ ਭਾਜੀ ਉਦੋਂ। ਅੱਛਾ ਅੱਛਾ, ਤੇ ਸਿਵਲ ਚ ਕੀ ਲੈਣ ਗਿਆ? ਨਹੀਂ ਉਹਨਾਂ ਨੂੰ ਦੂਜੀਆਂ ਸੱਟਾਂ ਲੱਗ ਗਈਆਂ। ਅੱਛਾ 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 ਅੱਛਾ, ਸਹੀ ਸਹੀ। ਤੇ ਅੱਜ ਕੱਲ ਹੁਣ ਕੀ ਹੋ ਰਿਹਾ, ਹੁਣ ਕਿੱਥੇ ਅੱਜ ਕੱਲ ਡੇਰੇ ਲਾਏ ਨੇ? ਕੱਖ ਵੀ ਨਹੀਂ ਭਾਜੀ, ਵੈਂਡਰ ਤੇ ਤੁਹਾਡੇ ਭਰਾ ਨਸੀਬ ਦਿੱਤੀ ਹੈ, ਦੁਆ ਕਰੋ ਅੱਲਾ ਖੈਰ ਕਰ ਦੇਵੇ ਵੈਂਡਰ ਤੇ। ਹਾਂਜੀ, ਮਹੱਲੇ ਚ ਫਿਰਨਾ ਤੁਰਨਾ, ਲੋਕੀ ਇਦਾਂ ਹੀ ਫਿਰਦੇ ਤੁਰਦੇ ਹੋ ਭਾਜੀ? ਮੂੰਗਫਲੀ ਦਾ ਸੀਜ਼ਨ ਲਾਉਣਾ ਸੀ, ਵੈਨੋ ਵੀ ਕੋਈ ਪੈਸੇ ਫੜੇ ਭਾਜੀ, ਉਹ ਬੋਰੀ ਲੈਂਦੀ ਮੂੰਗਫਲੀ ਦੀ, ਉਹ ਘਰ ਲਿਆ ਕੇ ਰੱਖੀ ਤੇ ਵੀ ਥੋੜੀ ਮਿੱਠੀ ਢਿੱਲੀ ਮਿੱਠੀ ਹੋ ਗਈ ਭਾਜੀ, ਮੈਂ ਆਰਾਮ ਕਰਨ ਲੱਗ ਗਿਆ, ਉਹ ਬੋਰੀ ਸਾਰੀ ਚੂਹਾ ਟੁੱਕ ਗਿਆ,
ਉਹ ਮਹੱਲੇ ਦੇ ਬੱਚੇ ਨੇ ਮੁੱਠਾ ਭਰ ਭਰ ਸਾਰੀ ਲੈ ਗਏ ਭਾਜੀ, ਉਹ ਤੋਂ ਵੀ ਰਹਿ ਗਿਆ ਹੁਣ ਮੈਂ। ਟਾਵਰ ਦੇ ਉੱਤੋਂ ਵੀ ਸਹੀ। ਅੱਛਾ ਹੋਰ ਕੋਈ ਕੰਮ ਕੋਈ ਹਿਸਾਬ ਹੁਣ ਕੀ ਕਰਨਾ ਕੀ ਹੈ? ਗਾਰਡ ਵਾਲਾ ਕੰਮ ਕੀਤਾ ਤੁਹਾਡੇ ਭਾਈ ਨੇ ਭਾਜੀ? ਗਾਰਡ ਹਾਂ, ਇੱਕ ਫੈਕਟਰੀ ਚ ਲੱਗਾ ਭਾਜੀ, ਰਾਤ ਦੀ ਡਿਊਟੀ ਸੀਗੀ, ਮੈਂ ਇੰਜ ਗੰਦ ਰੱਖ ਕੇ, ਮੇਰੀ ਕਿਤੇ ਅੱਖ ਲੱਗ ਗਈ ਹੈ, ਉਹ ਗੰਦ ਚੱਲ ਪਈ ਭਾਜੀ। ਉੱਤੇ ਮਾਲਕਾਂ ਦਾ ਦਫ਼ਤਰ ਸੀ, ਇਹਨੇ ਗੂਟਾ ਰੱਖ ਕੇ ਅੱਗ ਬਲਾ ਲਈ। ਮੈਂ ਹੋਇਆ ਉਹ ਗੰਦ ਚੱਲ ਪਈ ਭਾਜੀ, ਹੁਣ ਜਵਾਬ ਦਿੱਤਾ ਮੈਨੂੰ ਭਾਜੀ। ਦੋ ਤਿੰਨ ਚਾਰ ਤਰੀਕ ਨੂੰ ਤਨਖਾਹ ਤੋਂ ਫੌਰਨ ਬਾਅਦ ਚੱਲ ਪੈਂਦੀ, ਉਹਦੇ ਲਈ ਹੱਥ ਛੱਡ ਦਿੰਦਾ। ਮੈਨੂੰ ਜ਼ਿਆਦਤੀ ਕਟੱਪਾ ਬਾਹਰ ਨਿਕਲ ਗਿਆ ਲੈ ਕੇ, ਕੱਖ ਵੀ ਨੀ ਭਾਜੀ ਨਿਕਲ ਗਿਆ ਉਧਰ। ਤੇ ਉਹਨੂੰ ਫੋਨ ਕਰਨ ਕਾ ਮਾਮੂ ਜੀ ਆ ਜ਼ਿਆਦਤੀ ਹੈ, ਮੇਰੇ ਕੋਲ ਮੋਬਾਈਲ ਵੀ ਹੈ ਨੀ ਭਾਜੀ, ਉਹ ਵੀ ਨੀ ਮੰਨਦਾ ਨਾ ਕਟੱਪਾ, ਕਹਿੰਦਾ ਨਹੀਂ ਉਹ ਭੈਣ ਸਾਡੀ, ਅਸੀਂ ਭੈਣ ਹੀ ਨੀ ਮੰਨਦੇ, ਕਹਿੰਦੇ ਉਹ ਸਹੀ ਨਹੀਂ ਸੀ। ਅਸੀਂ ਯਾਰ ਇਹ ਬੜਾ ਕੰਮ ਆ, ਬੜੇ ਨਸਲਾਂ ਦੀਆਂ ਨਸਲਾਂ ਬਰਬਾਦ ਹੋ ਜਾਂਦੀਆਂ ਨੇ। ਇੱਕ ਟਾਈਮ ਆਉਂਦਾ ਹਰ ਜਿਹੜੀ ਨਾ ਬੰਦਾ ਅਰੂਜ ਉਹਨੂੰ ਜ਼ਵਾਲ ਜ਼ਰੂਰ ਆ। ਹਾਂਜੀ ਹਾਂਜੀ ਭਾਜੀ, ਤੁਹਾਡੇ ਭਾਈ ਨੇ ਜਾਇਜ਼ ਕੈਸ਼ ਦਾ ਕੰਮ ਕੀਤਾ, ਚਾਰ ਪੰਜ ਮੋਬਾਈਲ ਲੈ ਕੇ ਨਾ ਛੋਟਾ ਫਟਾ ਮੈਂ ਕਚਹਿਰੀ ਬਾਜ਼ਾਰ ਲਾਇਆ ਭਾਜੀ। ਔਰ ਅੱਲਾਹ ਦਾ ਸ਼ੁਕਰ ਆ ਭਾਈ, ਸਾਰੇ ਕਚਹਿਰੀ ਬਾਜ਼ਾਰ ਵਾਲਿਆਂ ਨੇ ਕਿਹਾ ਯਾਰ ਬਾਹੂਬਲੀ ਨੂੰ ਜਗ੍ਹਾ ਦਿਓ ਭਾਈ, ਮੈਨੂੰ ਇੰਨੀ ਕੁ ਜਗ੍ਹਾ ਦਿੱਤੀ ਭਾਜੀ। ਇੱਕ ਬੰਦਾ ਕਹਿੰਦਾ ਜਾਇਜ਼ ਕੈਸ਼ 'ਤੇ ਕਰਿਓ ਤੇਰਾ, ਉਹ ਮੈਂ 20,000 ਰੁਪਇਆ ਗਲਤ ਨੰਬਰ 'ਤੇ ਕਰ ਬੈਠਾ ਭਾਜੀ, ਨਾ ਉਹਦੇ ਕੰਮ ਨਾ ਉਹਦੇ ਕੰਮ, ਉਹਨੇ ਮੇਰੇ ਚਣਾ ਚੁਣਾ ਮਾਰ ਕੇ ਮੈਨੂੰ ਉਹ ਮੇਰਾ ਕਾਊਂਟਰ ਚੁਕਾ ਤਾ ਭਾਜੀ। ਯਾਰ ਬਾਹੂਬਲੀ ਨੇ ਜ਼ਿਆਦਤੀ ਹੋ ਰਹੀ, ਤੂੰ ਕਿਸੇ ਗੰਦੇ ਨਾਲੇ ਦੇ ਉੱਤੇ ਸਮੋਸੀਆਂ ਸਮੋਸੀਆਂ ਲਾ ਲੈਂਦਾ, ਉਹ ਹੀ ਇਹਦੇ ਹਿਸਾਬ ਸਹੀ ਰਿਹਾ ਜੀ। ਅੱਛਾ ਤੁਸੀਂ ਗੌਰ ਕੀਤਾ ਬਾਹੂਬਲੀ ਦਾ ਬੈਗ ਇੱਥੋਂ ਤੱਕ ਰਿਹਾ? ਅੱਛਾ ਤੂੰ ਫਿਲਮ ਦੇ ਦੇਣ ਜਿਹੜਾ ਉਹਨਾਂ ਨੇ ਸਾਰਾ ਕੰਮ ਕੀਤਾ ਵਿੱਚ ਜਿਹੜੇ ਬੰਦੇ ਸੀ ਉਹ ਸਾਰੇ ਦੇ ਪੈਸੇ ਬੂਹੇ ਕਲੀਅਰ ਕਰਤੇ ਤੁਸੀਂ ਸਾਰੇ? ਨਹੀਂ ਭਾਜੀ, ਉਹ ਫਿਲਮ ਦਾ ਜਿਹੜਾ ਐਡੀਟਰ ਆ ਨਾ ਉਹ ਭਾਜੀ ਮੈਨੂੰ ਲੱਭਦਾ ਫਿਰਦਾ ਮੇਰੇ ਮਗਰ ਵਾ। ਕਿਉਂ? ਉਹਦਾ ਮੈਂ 1,25,000 ਦੇਣਾ ਵਾ। ਤੂੰ ਕਹਿੰਦਾ ਦੇਣਾ ਉਹਦਾ? ਉਹ ਕਹਿੰਦਾ ਮੈਂ ਲੋਕਾਂ ਨੂੰ ਦੱਸ ਦੇਣਾ ਕਿ ਮੈਂ ਇਫੈਕਟ ਲਾਇਆ, ਇਹਨੇ ਇੰਨੀ ਕੁ ਛਾਲ ਮਾਰੀ ਸੀ, ਮੈਂ ਐਡੀ ਦਿਖਾਈ ਆ, ਮੇਰੇ ਸਾਰੇ ਰਾਤ ਫਾਸ਼ ਹੋ ਜਾਣਾ। ਯਾਰ ਉਹ ਤੂੰ ਕਾਹਦੇ ਪੈਸੇ ਦੇਣੇ ਆ ਭਾਜੀ? ਉਹ ਸਾਰੇ ਪੈਸੇ ਤੇ ਕਟੱਪੇ ਕਟੁੱਪੇ ਹੋਣੀ ਲੈ ਕੇ ਨਿਕਲ ਗਏ, ਉਹ ਮੇਰੇ ਸਿਰ ਹੋਇਆ ਫਿਰਦਾ। ਹੁਣ ਮੈਂ ਤਾਂ ਨਾ ਕਿਤੇ ਜਾ ਸਕਦਾ, ਉਹ ਕਹਿੰਦਾ ਤੂੰ ਦੇਣੇ ਭਾਈ, ਮੈਂ ਤੇਰੇ ਕੋਲ ਲੈਣੇ ਆ। ਉਹਨੇ ਕਰੋਮਾ ਕੱਟਿਆ, ਉਹਨੇ ਇਫੈਕਟ ਲਾਇਆ, ਉਹਨੇ ਮੈਨੂੰ ਕਿੱਡਾ ਵੱਡਾ ਕਰਤਾ ਉਹਨੂੰ। ਹਾਂ ਹਾਂ, ਉਹ ਹੁਣ ਕਹਿੰਦਾ ਮੈਂ ਸਾਰੀ ਤੇਰੀ ਭੱਟੀ ਬਰਾਦਰੀ ਮੈਨੂੰ ਜ਼ਲੀਲ ਕਰ ਦੇਣਾ ਵਾ, ਵੀ ਇਹਨੇ ਇੰਨੀ ਕੁ ਛਾਲ ਮਾਰੀ, ਖਾਲੀ ਨਹੀਂ ਸੀ ਟੱਪੀ ਜਾਂਦੀ। ਉਹਨੇ ਕੀਤਾ ਕੀ ਫਿਲਮ ਦੇ ਵਿੱਚ, ਮਤਲਬ ਕਿੱਥੇ ਕਿੱਥੇ ਉਹਦਾ ਜਿਹੜਾ ਕੰਮ ਨਜ਼ਰ ਆਇਆ ਤੁਹਾਨੂੰ? ਭਾਜੀ ਜਿਹੜਾ ਤੁਸੀਂ ਢੱਗਾ ਦੇਖਣ ਦੇ ਉਹ ਬਾਲ ਦੇ ਜਿਹੜਾ ਰੋਕਦਾ ਉਹ, ਹਾਂ ਉਹ ਢੱਗਾ ਨਹੀਂ ਸੀ, ਹਾਂ ਉਹ ਕੱਲੀ ਧੌਣ ਸੀ, ਪਿੱਛੇ ਢੱਗਾ ਉਹਨੇ ਐਡੀਟਰ ਨੇ ਪਾਇਆ ਵਾ ਭਾਜੀ। ਹੁਣ 1,25,000 'ਚ ਢੱਗਾ ਮਾੜਾ ਵਾ, ਤੁਸੀਂ ਆਪ ਦੇਖੋ। ਨਹੀਂ ਉਹਨੇ ਬੜੇ ਕੰਮ ਕੀਤੇ। ਨਹੀਂ ਤੇ ਫੀ ਇਫੈਕਟ ਕੀ ਰੇਟ ਨੇ? ਨਹੀਂ ਨਹੀਂ ਤੇ ਤੁਸੀਂ ਉਹਦੇ 'ਚ ਫਿਰ ਕੀ ਕੀਤਾ? ਅਸੀਂ ਆਹ ਦੇਖੋ ਹੁਣ ਇੰਜੋਏ ਕੀਤਾ ਜਿਹੜਾ ਹੁਣ ਕਰਨ ਦੇ ਬਹਿ ਕੇ। ਗੌਰਮੈਂਟ ਨੂੰ ਅਸੀਂ ਤੁਹਾਡੀ ਕਹਿ ਦਿੰਦੇ ਹਾਂ, ਕੋਈ ਅਪੀਲ ਕਰਦੇ ਹਾਂ ਗੌਰਮੈਂਟ ਨੂੰ, ਸਾਡੇ ਸਾਰੇ ਭਰਾ ਦੇਖਣ ਦੇ ਤੁਹਾਨੂੰ ਸਾਰੀ ਮੇਰੀ ਆਡੀਅੰਸ, ਇਹਨਾਂ ਅੱਗੇ ਕੋਈ ਅਪੀਲ ਕਰ ਲਓ ਕੋਈ ਤੁਸੀਂ ਆਪਣੇ ਚੈਨਲ ਦੇ ਜ਼ਰੀਏ। ਹਾਂ ਮੈਨੂੰ ਇਹ ਤੁਹਾਡੀ ਮਿਹਰਬਾਨੀ, ਇੱਕ 5 ਕਮਰੇ ਦਾ ਪਲਾਟ, ਇੱਕ ਸੋਹਣੀ ਗੱਡੀ, ਮੈਂ ਸੰਘਾਸਨ ਨਹੀਂ ਮੰਗਦਾ, ਮੈਂ ਰਾਜ ਮਾਤਾ ਸ਼ਿਵ ਕਾਮਨੀ ਦੇਵੀ ਵਾਲਾ ਸਿਸਟਮ ਨਹੀਂ ਆਪਾਂ ਕਰਨਾ, ਆਪਾਂ ਭਰਾਵਾਂ ਤੇਰਾ ਲੌਂਗ ਟਾਈਮ ਚੱਲਣਾ ਵਾ।
ਬਾਹੂਬਲੀ ਮੈਂ ਕੰਦੀਆਂ ਠੋਕਰਾਂ ਨੂੰ ਸਿਆਣਾ ਕਰਤਾ ਟੈਨਸ਼ਨ ਨਾ ਲੈ ਜੁੱਤੀ ਕੱਪੜੇ ਬਾਹੂਬਲੀ ਮੈਂ ਦਵਾਂ ਬਾਹੂਬਲੀ ਸਾਹਿਬ ਪੋਲੀਓ ਵਾਲੇ ਕਤਰੇ ਕੁਤਰੇ ਪਿਆ ਲੈਗਾ ਕਿਤੇ ਉਹ ਕੰਮ ਲਵਾ ਲੈਣਾ ਉਹ ਕਰ ਲਵੇਗਾ ਉਹ ਯਾਰ ਦੇਖਣਾ ਮੇਰੇ ਕਾਲ ਤੋਂ ਹੋਰ ਕੰਮ ਕੋਈ ਤੂੰ ਟਰਾਈ ਨੀ ਕੀਤੀ ਕੋਈ ਕਿਤੇ ਕੋਈ ਜੋਬ ਕਰ ਲਾ ਕਿਤੇ ਭਾਜੀ ਬੜੀਆਂ ਟਰਾਈਆਂ ਕੀਤੀਆਂ ਤੁਸੀਂ ਯਕੀਨ ਮੰਨੋ ਯਾਰ ਤਲਵਾਰ ਤੇਰੇ ਕੋਲ ਹੈ ਵਾ ਹੌਜ਼ਰੀ ਚ ਧਾਗੇ ਕਟਾਈ ਦਾ ਠੇਕਾ ਲੈ ਲੈ ਚੁੱਪ ਕਰਕੇ ਇਹਦੇ ਨਾਲ ਹੀ ਕੰਮ ਕਰ ਲਵੇ ਨਾਲ ਇੱਕ ਹੋਰ ਤਲਵਾਰ ਦਾ ਚੁੰਮਟਾ ਬਣਾ ਕੇ ਬੜਾ ਸੋਹਣਾ ਕਰ ਆਹੋ ਛਾਲਾ ਛੁਲਾ ਤੂੰ ਮਾਰ ਲੈਣਾ ਭਗੂੜੇ ਨਾਲ ਲਮਕ ਕੇ ਆ ਜਾ ਕਰੇਗਾ ਉਹਦਾ ਤੇਰਾ ਲਾ ਦੇ ਕਿਤੇ ਹਿਸਾਬ ਤੇ ਉਹ ਕਿਸੇ ਸਰਕਸ ਚ ਲੱਗ ਜਾ ਕਿਤੇ ਤੂੰ ਐਡਾ ਤੇ ਤੇਰਾ ਅੱਛਾ ਸਿਸਟਮ ਆ ਸ਼ੇਰ ਦੇ ਨਾਲ ਲੜ ਲੜ ਲਿਆ ਕਰ ਤੁਹਾਨੂੰ ਕੀ ਲੱਗਦਾ ਤੁਹਾਡੇ ਭਰਾ ਨੇ ਕੀਤਾ ਨਹੀਂ ਹੋਣਾ ਟਰਾਈ ਸ਼ੇਰ ਤੇ ਮੇਰੇ ਵਾਸਤੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਆਮ ਬਿੱਲੀਆਂ ਬੁਲੀਆਂ ਵਾ ਅੱਛਾ ਸਰਕਸ ਗਿਆ ਮੈਂ ਅੱਛਾ ਭਾਜੀ ਇੰਜ ਕਰਕੇ ਮੈਂ ਤੁਹਾਡੇ ਭਰਾ ਨੇ ਸ਼ੇਰ ਵਾਲੀ ਆਈਟਮ ਕੀਤੀ ਆ ਸ਼ੇਰ ਮੇਰੀ ਉਹਦੀ ਪਿੰਨੀ ਲਾ ਕੇ ਲੈ ਗਿਆ ਓਹੋ ਹੋ ਲੱਤ ਹੈ ਹੀ ਨੀ ਅੱਛਾ ਭਾਜੀ ਉਹ ਐਡੀਟਰ ਨਹੀਂ ਸੀ ਨਾ ਹੈਗਾ ਪਿੱਛੇ ਉਹ ਜੈਨੂਇਨ ਸੀ ਹਾਂਜੀ ਫਿਲਮ 'ਚ ਤਾਂ ਐਡੀਟਰ ਨੇ ਕੀਤਾ ਕੰਮ ਜਦੋਂ 1.25 ਲੱਖ ਮੰਗ ਰਿਹਾ ਉਹ ਸਹੀ ਗਾ ਤੇ ਇਹ ਉਸੇ ਭੁਲੇਖੇ ਜਿਹਨੇ ਐਡੀਟਰ ਤੋਂ ਬਗੈਰ ਹੀ ਸ਼ੇਰ ਨੂੰ ਹੱਥ ਪਾ ਲਿਆ ਤੈਨੂੰ ਮੈਂ ਦੁਬਈ ਉਹਦੇ ਖਾਵਰ ਦੇ ਹੋਟਲ ਲਵਾ ਉੱਥੇ ਇੱਕ ਬਾਦਸ਼ਾਹ ਜਿਹੜਾ ਸ਼ੇਰ ਸੁਣਾਉਂਦਾ ਉਹ ਲਾਲ ਕਿਲੇ ਚ ਉਹ ਕਰਾਚੀ ਦੇ ਜਿਹੜੇ ਇੱਕ ਭਾਜੀ ਨੇ ਜਿਹੜੇ ਆ ਕੇ ਤੇ ਉਹ ਇਸ ਤਰ੍ਹਾਂ ਦਾ ਕਰਕੇ ਤੇ ਸ਼ੇਰ ਸੁਣਾਉਂਦੇ ਨੇ ਹਾਂਜੀ ਮਸ਼ਹੂਰ ਉਹ ਮਰੂਫ ਜਿਹੜੇ ਸੀ 50,000 ਵਾਰੀ ਅੱਗੇ ਵੀ ਸੁਣੇ ਆ ਉਹੀ ਸੁਣਾਉਂਦੇ ਨੇ ਉਹ ਸੁਣਾ ਕੇ ਤੇ ਉਹ ਮਤਲਬ 20 ਦਿਰਮ 30 ਦਿਰਮ 50 ਦਿਰਮ ਜਿੰਨੇ ਮਰਜ਼ੀ ਤੁਸੀਂ ਉਹਨਾਂ ਦੇ ਨਾਲ ਤੂੰ ਵੀ ਬਾਹੂਬਲੀ ਬਣ ਕੇ ਉੱਥੇ ਫਿਰੀ ਜੀ ਤੈਨੂੰ ਮੈਂ ਲਾਲ ਕਿਲੇ 'ਚ ਗੱਲ ਕਰਦਾ ਤੈਨੂੰ ਸੁਣਾ ਡੇਲੀ ਬੇਸਿਸ ਤੇ ਕਿ ਭਾਜੀ ਡੇਲੀ ਬੇਸਿਸ ਤੇ ਵਿੱਚ ਮੈਂ ਛੁੱਟੀ ਵੀ ਕਰ ਲਾ ਭਾਵੇਂ 2-3 ਘੰਟੇ ਆ ਗਿਆ ਸ਼ੇਰ ਹੀ ਸੁਣਾਉਣੇ ਸਿਰਫ ਉਹ ਸ਼ੇਰ ਨਹੀਂ ਨਹੀਂ ਇਹਨੇ ਬਾਹੂਬਲੀ ਦੇ ਡਾਇਲੋਗ ਬੋਲਣੇ ਨੇ ਅੱਛਾ ਤੇ ਪਾਰਟ ਪੋਸਟ ਤੇ ਵੀਜ਼ਾ ਕੁਦੋ ਕਿਥੋਂ ਉਹ ਦੇਣਗੇ ਸਾਰਾ ਕੁਝ ਟਿਕਟ ਵੀ ਹਾਂ ਉਹ ਅਸੀਂ ਕਰ ਦਿਆਂਗੇ ਰਲ ਮਿਲ ਕੇ ਤੂੰ ਜਾ ਕੇ ਉੱਥੇ ਕਰ ਲਾ ਬਾਹੂਬਲੀ ਦੁਬਈ ਦੇ ਵਿੱਚ ਲਾਲ ਕਿਲੇ ਹੁੰਦਾ ਜੀ ਹਾਂਜੀ ਨਾ ਤੇ ਉਹ ਠੀਕ ਜਾਂ ਇੱਥੇ ਕਿਸੇ ਹੋਟਲ ਦੇ ਵਿੱਚ ਲੱਗ ਜਾ ਹੋਟਲ ਦੇ ਬਾਹਰ ਨਹੀਂ ਖਲੋਤੇ ਹੁੰਦੇ ਵੱਡੀ ਉਹ ਸ਼ਿਮਲਾ ਪੱਗ ਬੰਨ ਕੇ ਦਰਵਾਜ਼ਾ ਖੋਲਣ ਵਾਲੇ ਉਹ ਲੱਗ ਜਾ ਕੀਤਾ ਸੀ ਭਾਜੀ ਉਹ ਵੀ ਫਿਰ ਮੈਂ ਬੂਹੇ ਦੇ ਬਾਹਰ ਖਲੋਤਾ ਵਾਂ ਇੱਕ ਬੜਾ ਵੱਡਾ ਮਨਿਸਟਰ ਆਇਆ ਹਾਂ ਉਹ ਹਲੇ ਥੋੜ੍ਹਾ ਜਿਹਾ ਅੰਦਰ ਵੜਿਆ ਗਿਆ ਇਹ ਹਾਥੀ ਲੱਗ ਗਿਆ ਮੈਂ ਫੌਰਨ ਬੂਹਾ ਬੰਦ ਕਰਤਾ ਫਿਰ ਉਹਦੀ ਉਂਗਲਾਂ ਲਾਲੋ ਲਾਲ ਲਹੂ ਲਾਨ ਹੋ ਗਈਆਂ ਭਾਜੀ ਚਾਰੇ ਉਂਗਲਾਂ ਵੱਡੀਆਂ ਗਈਆਂ ਉਹਨੇ ਮੇਰੇ ਤੇ ਪਰਚਾ ਤੂੰ ਨੰਗ ਤੇ ਲੈ ਲੈਂਦਾ ਪਹਿਲੇ ਉਹਨੇ ਮੇਰੇ ਤੇ ਪਰਚਾ ਕਰਾਤਾ ਭਾਈ ਤੁਹਾਡਾ ਭਾਈ 2.5 ਸਾਲ ਜੇਲ੍ਹ ਕੱਟ ਗਿਆ ਅੱਛਾ ਵੈਸੇ ਇੱਕ ਗੱਲ ਆ ਰਜ਼ਾ ਨਾਲ ਗੱਲ ਕਰੋ ਸ਼ਾਇਦ ਕਟੱਪੇ ਦਾ ਉੱਥੋਂ ਕੇ ਕੇਸ ਲੜੇ ਕਿੱਥੇ ਹੈ ਕਿੱਥੇ ਕਟੱਪਾ ਮੈਂ ਉਹਦਾ ਪਤਾ ਕਰਾਉਣਾ ਕਟੱਪਾ ਭਾਜੀ ਉੱਥੇ ਇੰਗਲੈਂਡ ਜੌਲਾ ਜਾ ਤੁਸੀਂ ਪੁੱਛੋ ਕਿਸੇ ਇੰਗਲੈਂਡ ਕਿਹਦੀਆਂ ਜੌਲਾ ਇੰਗਲੈਂਡ ਜੌਲਾ ਹੈਗੇ ਚ ਨਾਗਾ ਉੱਥੇ ਨਹੀਂ ਉਹਨਾਂ ਕੋਈ ਤਰਲਾ ਮਿਲਦਾ ਪਾਉਂਦਾ ਕਿ ਯਾਰ ਤੇਰਾ ਭਾਂਜਾ ਵਾ ਇੱਥੇ ਜ਼ਲੀਲ ਹੁੰਦੇ ਆ ਕੋ ਖੁਦਾ ਦਾ ਖੌਫ ਕਰ ਯਾਰ ਬੜਾ ਪੱਥਰ ਦਿਲ ਵਾ ਬਹੁਤ ਪੱਥਰ ਦਿਲ ਆ ਮੈਂ ਆਪਣੇ ਛੋਟੇ ਕਿਊ ਮੋਬਾਈਲ ਤੋਂ ਵੀ ਐਂ ਵਾਲੇ ਮੈਸੇਜ ਕੀਤੇ ਇਮੋਜੀ ਭੇਜੇ ਉਹਨੂੰ ਐਂ ਰੋਣ ਵਾਲੇ ਭੇਜੇ ਨਹੀਂ ਕੱਖ ਵੀ ਨਹੀਂ ਭਾਜੀ ਇੰਗਲੈਂਡ ਜਾ ਕੇ ਉਹਦੀ ਮੌਜਾਂ ਲੱਗੀਆਂ ਵਾ ਕਟੱਪੇ ਦੀ ਕਰਦਾ ਕੀ ਉੱਥੇ ਉਹ ਉੱਥੇ ਉਹਨੇ ਯੂਟਿਊਬ ਚੈਨਲ ਬਣਾਇਆ ਕਟੱਪੇ ਨੇ ਹਾਂਜੀ ਖਾਣੇ ਦੀ ਬਲੌਗਿੰਗ ਕਰਦਾ ਉਹ ਬਾਅਦ ਟਾਈਮ ਪੂਰਾ ਹੋ ਗਿਆ ਹਰ ਸ਼ਾਇਦ ਉਹਦੀ ਪੂਰੀ ਉਹਨੂੰ ਭਾਜੀ ਚੰਗੇ ਭਲੇ ਪੈਸੇ ਆਉਣ੗ੇ ਡਾਲਰਾਂ 'ਚ ਉਹਦੀ ਬੜੀ ਪਲੈਨਿੰਗ ਸੀ ਉਹਦਾ ਸ਼ੁਰੂ ਤੋਂ ਯੂਟਿਊਬ ਵੱਲ ਰੁਝਾਨ ਸੀ ਉਹਨੇ ਉੱਧਰ ਜਾ ਕੇ ਬਣਾਇਆ ਉਹ ਯੂਕੇ 'ਚ ਸਾਜੇ ਵਿਊਅਰਸ਼ਿਪ ਦੇ ਪੈਸੇ ਜ਼ਿਆਦਾ ਨੇ ਤੇ ਤੁਸੀਂ ਹੁਣ ਭਾਈ ਨੂੰ ਥੋੜਾ ਜਿਹਾ ਮਿਹਰਬਾਨੀ ਕਰਨੀ ਬਾਹੂਬਲੀ ਆਫੀਸ਼ੀਅਲ ਬਣਾ ਕੇ ਦੇਣਾ ਵਾ ਯੂਟਿਊਬ ਹਾਂਜੀ ਇਹ ਪਾਗਲ ਹੈ ਤੇ ਆਪ ਸੋਚਣ ਦੇ ਇਹ ਤੂੰ ਕਹਿਣਾ ਨਹੀਂ ਤੂੰ ਆ ਗਿਆ ਤੇ ਬਣ ਗਿਆ ਦਵੇ
ਅੱਛਾ ਉਧਰ ਤੂੰ YouTube ਚੈਨਲ ਤੇ ਆਏਗਾ ਉੱਥੇ ਕੀ ਅਪਲੋਡ ਕਰੇਗਾ ਕੰਟੈਂਟ ਕੀ ਕਰੇਗਾ ਆਹੀ ਮੇਰੇ ਕੋਲ ਜੰਗਾਂ ਦੀਆਂ ਵੀਡੀਓ ਬਹੁਤ ਪਈਆਂ ਪੁਰਾਣੀਆਂ ਘੱਟ ਘੱਟ ਪਾਈ ਜਾਵਾਂਗੇ ਅੱਛਾ ਤੇਰੇ ਕੋਲ ਸ਼ਿਵ ਕਾਮਣੀ ਦੇ ਕਤਲ ਦੀ ਵੀਡੀਓ ਵੀ ਪਈ ਉਹ ਵੀ ਪਾਵੀ ਨਹੀਂ ਜੋੜੀ ਪਾਉਣੀ ਭਾਜੀ ਉਹ ਤੇ ਫਿਰ ਤੂੰ ਕਹਦੇ ਤੂੰ ਪੁਰਾਣੀਆਂ ਵੀਡੀਓ ਪਾਉਣੀਆਂ ਯਾਰ ਤੂੰ ਜੇ ਹਿੱਟ ਹੋਣਾ ਨਾ ਤੇ ਦੇਵ ਸਿੰਘ ਦੇ ਗਾਣੇ ਸੁੱਟ ਯਾਰ ਮੇਰੀ ਗੱਲ ਸੁਣੋ ਉਹਦਾ ਐਡੀਟਰ ਨਹੀਂ ਤੇਰੇ ਪਿੱਛੇ ਪਿਆ ਹਾਂਜੀ ਉਹਦਾ ਨਾਲ ਰਲ ਦੋਵੇਂ ਭਾਈ ਵਾਲੀ ਤੇ ਚੈਨਲ ਬਣਾ ਲਓ ਤੇ ਆਡੀਓ ਇਫੈਕਟ ਵੁਕਟ ਜਿਹੜੇ ਸਾਰੇ ਉਹ ਕਰੀ ਜਾਏਗਾ ਐਕਟ ਤੂੰ ਕਰੀ ਜੀ ਤੇ ਤੁਹਾਡਾ ਚੈਨਲ ਚੱਲ ਪੈਣਾ ਯਾਰ ਤੂੰ ਜੰਗਾਂ ਦੇ ਮਸ਼ਵਰੇ ਦੇ ਕੇ ਵੀ ਤੀਰ ਏਦਾਂ ਮਾਰਨਾ ਸਿਖਾ ਸ਼ਿਕਾਰ ਕਰਨਾ ਸਿਖਾ ਉਹ ਜਿਹੜੀ ਤੂੰ ਛਾਲਾ ਮਾਰਦਾ ਉਹ ਸਿਖਾ ਖਜੂਰ ਦੇ ਦਰਖਤ ਦੇ ਕੋਲ ਉਹਨੂੰ ਏਦਾਂ ਦੇ ਵਿਲੋਗ ਪਾ ਵੀ ਲੋਕ ਲੇਕਿਨ ਇੱਕ ਕੰਮ ਤੁਸੀਂ ਮੇਰਾ ਹੱਲ ਕਰਨਾ ਭਾਜੀ ਕੀ ਮੇਰੇ ਕੋਲ ਨਾ ਐਡੀਟਰ ਵਾ ਨਾ ਕੈਮਰਾ ਮੇਰਾ ਜਿੱਦਾਂ ਤੁਸੀਂ ਹਰ ਇੱਕ ਨੂੰ ਕੈਮਰਾ ਦੇ ਕੇ ਐਡੀਟਰ ਦੇ ਕੇ ਭੇਜ ਦੇ ਅੱਛਾ ਇਹਦਾ ਤੁਸੀਂ ਭਾਜੀ ਐਡਿਟ ਆਪੇ ਕਰ ਦੇਣਾ ਮੈਨੂੰ ਪਤਾ ਤੁਹਾਡਾ ਅੱਗੇ ਕਸ਼ਮੀਰੋਂ ਵੀ ਬਾਹੂਬਲੀ ਆਇਆ ਉਹ ਇੱਥੇ ਹੀ ਹੁੰਦਾ ਹੁਣ ਬਾਹੂਬਲੀ ਦੀ ਢਾਲ ਚੋਂ ਦਈ ਉਹਦੀ ਤੂੰ ਕਹਿਣ ਦੇ ਆ ਇੱਥੇ ਰੱਖ ਲੋ ਸੋਚਣ ਦੇ ਆ ਕਿ ਕੀ ਇਹਨੇ ਕਰਨਾ ਕੀ ਨਹੀਂ ਨਹੀਂ ਮੇਰੀ ਗੱਲ ਸੁਣਨਾ ਤੂੰ ਵਲੌਗ ਬਣਾ ਆਪਣੇ ਜੰਗਾਂ ਜੁੰਗਾਂ ਤੇ ਜਾ ਕੇ ਬਾਹੂਬਲੀ ਆਫੀਸ਼ੀਅਲ ਲੇਕਿਨ ਸਰ ਮੈਂ ਕਹਿੰਦਾ ਕਟੱਪੇ ਤੇ ਕੇਸ ਕਰਾਵੇ ਕਿਸੇ ਤਰੀਕੇ ਨਹੀਂ ਹੋਣਾ ਉਹ ਬਾਹਰ ਬਹਿ ਗਿਆ ਜਾ ਕੇ ਪਾਏ ਨਾ ਸਰ ਉੱਥੇ ਕਿੰਨੇ ਲੋਕ ਤੁਹਾਡੇ ਨੇ ਤੱਲਕ ਵਾਲੇ ਆ ਉਹ ਰਜ਼ਾ ਭਾਈ ਨੂੰ ਕਹੋ ਉਹਨੂੰ ਕੋਈ ਯਾਰ ਪਤਾ ਕਰੇ ਉਹਦਾ ਕਿੱਥੇ ਆ ਉਹਦੇ ਕੋਲ ਯਾਰ ਜਦੋਂ ਖੂਨ ਹੀ ਸਫੇਦ ਹੋ ਗਏ ਤਾਂ ਕੀ ਕਰਨਾ ਉਹਨੂੰ ਨਹੀਂ ਪਤਾ ਓਏ ਉਹ ਡਾਡਾ ਵਾ ਭਾਈ ਉਹ ਮੈਸੇਜ ਦਾ ਜਵਾਬ ਨਹੀਂ ਦਿੰਦੇ ਆ ਕਹਿੰਦਾ ਉਹਨੂੰ ਮੈਂ ਇਮੋਜੀ ਭੇਜੇ ਰੋਣ ਵਾਲੇ ਉਹਨੇ ਨਹੀਂ ਕੋਈ ਜਵਾਬ ਪਿੱਛੇ ਕੋਈ ਪ੍ਰਾਪਰਟੀ ਛੱਡ ਕੇ ਗਿਆ ਕੋਈ ਉਦੋਂ ਸਾਖਤਾ ਕੋਈ ਉਹ ਸ਼ਿਵੇ ਨਹੀਂ ਛੱਡ ਕੇ ਗਿਆ ਤੂੰ ਯਕੀਨ ਮੰਨ ਲੈ ਜੁੱਤੀ ਕੱਪੜਾ ਵੀ ਲੈ ਗਿਆ ਮੇਰਾ ਪੁਰਾਣਾ ਤੇ ਉਹ ਜਿਹੜੀ ਉਹ ਸੋਨੇ ਦੀ ਮੂਰਤੀ ਜਿਹੜੀ ਬਣਾਈ ਸੀ ਤੇਰੇ ਭਰਾ ਨੇ ਉਹ ਕਿੱਧਰ ਗਈ ਉਹ ਸਭ ਡਰਾਮੇਬਾਜ਼ੀ ਆ ਸੋਨੇ ਦੀ ਕਿੱਥੋਂ ਭਰਾਵਾ ਉਹ ਪਿੱਤਲ ਦਾ ਪਾਣੀ ਭਰਾਇਆ ਯਾਰ ਉਹ ਐਡੀਟਰ ਨਹੀਂ ਐਡੀਟਰ ਨੇ ਸਵਾਲ ਆ ਕਿਸੇ ਕੰਮ ਦਾ ਤੇ ਲੈਣਾ ਅੱਛਾ ਉਹ ਤਾਂ ਮੂਰਤੀ ਇੰਨੀ ਸੀ ਕਿ ਉਹਨੇ ਦਿਖਾਈ ਥੱਲੋਂ ਕੈਮਰਾ ਚੁੱਕਿਆ ਥੱਲੋਂ ਜ਼ੋਹਲੋ ਲਿਆ ਆਏਗਾ ਕਿਤਾਂ ਨਹੀਂ ਉਹ ਤਖਤ ਵਾਲੇ ਫੱਟੇ ਵੀ ਉਸਤਾਦ ਜੀ ਹੁਣ ਫੱਟੇ ਜਿਹੜੇ ਜੁੜੇ ਜਿਹੜੇ ਵੱਡੇ ਯਾਰ ਉਹ ਆਹ ਪ੍ਰੋਡਕਸ਼ਨ ਤੇ ਉਹਨਾਂ ਨੇ ਕੀਤੀ ਹੋਣੀ ਆ ਲੇਕਿਨ ਵਿੱਚ ਜ਼ਿਆਦਾ ਜਿਹੜਾ ਨਾ ਉਹ ਇਫੈਕਟਸ ਦਾ ਵੀ ਕੰਮ ਹੈ ਤੇ ਉਹ ਮੈਂ ਕਹਿੰਦਾ ਉਹੀ ਉਹ ਪਿੱਲਰ ਏਡੇ ਵੱਡੇ ਨਹੀਂ ਇਹਨੂੰ ਹੁਣ ਜ਼ੀਰੋ ਤੋਂ ਸ਼ੁਰੂ ਕਰਨਾ ਪੈਣਾ ਜ਼ਿੰਦਗੀ ਇਹ ਤੁਸੀਂ ਹੁਣ ਚੈਨਲ ਬਣਾ ਦਿਓ ਮੈਨੂੰ ਪਤਾ ਜ਼ੀਰੋ ਤੋਂ ਨਹੀਂ ਰਹਿਣਾ ਜਦੋਂ ਤੁਸੀਂ ਇੱਕ ਵਾਰੀ ਵੀਡੀਓ 'ਚ ਆ ਜਾਣਾ ਵਾ ਨਾ ਤੇ ਮੇਰਾ ਵਾਈਟ ਟਾਈਮ ਪੂਰਾ ਹੋ ਜਾਣਾ ਵਾ ਤੇ ਉਹ ਤੋਂ ਤੁਸੀਂ ਲਿੰਕ ਪਾ ਦੇਣਾ ਆਪਣੇ ਚੈਨਲ ਤੇ ਮੇਰੇ ਸਤੇ ਖੈਰਾ ਵਾ ਬਾਹੂਬਲੀ ਆ ਤੂੰ ਯਾਰ ਤੂੰ ਰਿਐਕਸ਼ਨ ਕਰੇਗਾ ਉਹ ਆਪਣਾ ਕੰਟੈਂਟ ਹੈਗਾ ਤੇਰੇ ਕੋਲ ਕੀ ਪਿਆ ਵਾ ਮੇਰੇ ਕੋਲ ਤੁਹਾਨੂੰ ਦੱਸਿਆ ਮੇਰੇ ਕੋਲ ਹੋਰ ਕੁਛ ਨਹੀਂ ਪਿਆ ਮੈਂ ਸਿਰਫ ਆਹੀ ਦੱਸ ਸਕਦਾ ਬਹਿ ਕੇ ਦੇਖੋ ਜੀ ਇਹ ਤੀਰ ਇਧਰੋਂ ਛੱਡਣਾ ਵਾ ਬਾਹੂਬਲੀ ਸਾਡੇ ਪ੍ਰੋਗਰਾਮ ਚ ਆਇਆ ਕਿੰਨੇ ਬਣਾਏ ਨਾ ਜ਼ੈਚਾ ਪੂਰਾ ਖਿੱਚਿਆ ਉਹ ਇੱਕ ਭਾਈ ਬਚ ਗਿਆ ਉਹਨੂੰ ਮੈਂ ਘਰ ਲਿਆ ਮੈਂ ਕਿਹਾ ਆ ਜਾ ਯਾਰ ਜਿੱਥੇ ਮੈਂ ਖਾਊਂਗਾ ਤੂੰ ਵੀ ਖਾਈਏ ਉਹ ਹਾਥੀ ਕਿਤੇ ਐਸਾ ਫਾਕਾ ਕੱਛ ਸੀਗਾ
ਮੈਂ ਉਹਦੇ ਪੱਠੇ ਹੀ ਨਹੀਂ ਪੂਰੇ ਕਰ ਸਕਿਆ ਮਹੱਲੇ 'ਚੋਂ, ਸਾਰੇ ਦਰਖਤ ਖਾ ਗਿਆ, ਮੇਰੀ ਡਸਟਬੀਨ ਖਾ ਗਿਆ, ਕੰਧਾਂ ਚੜ ਚੜ ਕੇ ਛੱਤ 'ਚੋਂ ਸੁੱਟ ਬਾਹਰ ਕੱਢ ਲਿਆ ਉਹਨੇ, ਮੈਨੂੰ ਐ ਲੱਗਦੀ ਮੈਂ ਟਰੈਕਟਰ ਖਿਲਾ ਰਿਹਾ ਅੰਦਰ ਛਾਤੀ ਹੈ ਨੀ, ਮੈਂ ਹੋਇਆ ਕਿ ਸਮਾਨ ਨਜ਼ਰ ਆਉਣ ਡਿਆ, ਹਾਥੀ ਖਾ ਗਿਆ ਛਾਤੀ, ਬਾਲੇ ਖਾ ਗਿਆ ਭਾਈ ਮੀਟਰ ਤੱਕ, ਹਰ ਸ਼ਾਹੀ ਖਾ ਗਿਆ ਹਾਥੀ, ਪਤਾ ਨੀ ਕਦੋਂ ਦਾ ਭੁੱਖਾ ਸੀਗਾ। ਉਹ ਆਹੋ ਹਾਥੀ ਦੀ ਖੁਰਾਕ ਪੂਰੀ ਕਰਨਾ ਪਿਆ, ਫਿਰ ਕੀ ਕੀਤਾ ਹਾਥੀ ਨੂੰ? ਕੁਛ ਵੀ ਨੀ ਭਾਜੀ, ਮੈਂ ਫਿਰ ਹੁਣ ਦੇਤਾ ਵਾਜਿਆਂ ਵਾਲਿਆਂ ਨੂੰ, ਹਾਥੀ ਦਾ ਹਾਥੀ ਸੁੰਡਣਾ ਵੇਲਾ ਫੜਦਾ ਨਿਕਲ ਪਾਉਂਦਾ ਕੱਖ ਨੀ ਭਾਜੀ, ਐਂ ਕਰਕੇ ਪਿੱਛੇ ਫੜਾ ਦਿੰਦਾ ਲੋ, ਐ ਫੜ ਯਾਰ ਇਹ ਕਿਹੜੇ ਕੰਮੇ ਲਾ ਤਾ ਤੇ ਖਾਣ, ਉਹਦੀ ਉਹਦੀ ਖੁਰਾਕ ਕਿੱਦਾਂ ਪੂਰੀ ਕਰਦੇ, ਕਿੱਥੋਂ ਕਰਦੇ ਭਾਜੀ? ਉਹ ਵੀ ਉਹਨਾਂ ਨਾਲ ਰਲ ਕੇ ਬਰਾਤ ਦੇ ਵਿੱਚੋਂ ਮਿੱਠੇ ਚੌਲ ਖਾ ਲੈਂਦਾ ਬਸ। ਉਹ ਦੇਖੋ ਨਾ ਉਹਦਾ ਮੂੰਹ ਇੰਜ ਹੁੰਦਾ, ਉਹ ਛੋਟਾ ਥੱਲੇ ਵਾਲਾ ਬੋਲ ਇੰਜ ਕਰ ਲੈਂਦਾ ਤੇ ਇੱਥੇ ਐਂ ਕਰਦਾ ਮੌਲਾ ਖੈਰ ਦੇ ਨਾਲ ਕਰਦਾ ਨੀ ਕੱਢਿਆ ਹਾਥੀ ਨੇ ਵਾਜੀਆਂ ਵਾਲੇ ਦੇ ਨਾਲ, ਉਹਨਾਂ ਦਾ ਮੇਨ ਜਿਹੜਾ ਹਾਥੀ ਨੂੰ ਘਰ ਬੰਨ ਗਿਆ, ਕਹਿੰਦਾ ਭਾਈ ਨੂੰ ਰੱਖ ਲਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਭਾਈ ਵੱਡੇ ਨੋਟ ਪਤਾ ਨੀ ਕਿੱਥੇ ਕਰੀ ਜਾਂਦਾ, ਛੋਟੇ ਸਾਨੂੰ ਫੜੇ ਜਾਂਦਾ, ਅਸੀਂ ਆਪ ਦੇਖ ਰਹੇ ਵੱਡੀ ਬੇਲ ਨੂੰ ਸੁੰਡ ਪਾਉਂਦਾ ਵਾ, ਉਹ ਥੱਲੇ ਆ ਕੇ ਛੋਟੀ ਹੋਈ ਨੀ, ਭਾਈ ਜਵਾਬ ਦੇ ਗਏ ਵੱਡੇ ਨੋਟ ਕਿਤੇ ਹੋਰ ਲਗਾਈ ਜਾਂਦਾ, ਛੋਟੇ ਸਾਨੂੰ ਫੜਾਈ ਜਾਂਦਾ, ਉਹ ਨੀ ਉਹ ਕਿੱਥੇ ਰੱਖਦਾ ਸੀ ਵੱਡੇ ਨੋਟ? ਭਾਜੀ ਜਦੋਂ ਸਾਰੇ ਬਾਜੀਆਂ ਨੇ ਚਲੇ ਗਏ ਨਾ, ਮੈਂ ਇੰਜ ਕਰਕੇ ਉਹਦਾ ਕੰਨ ਝਾੜਿਆ, ਸਾਰੇ ਪੈਸੇ ਉਸ ਚੋਂ ਨਿਕਲੇ, ਦੋ ਲਾੜੇ ਨੇ ਅੱਖਾਂ ਪਾੜਤੀਆਂ ਉਹਨੇ ਸੁੱਟ ਮਾਰ ਕੇ, ਥੱਲੇ ਨੋਟ ਨਿਕਲਦਾ ਤੇ ਐਂ ਚੁੱਕ ਕੇ ਉੱਠਦਾ ਸੀ, ਉਹ ਸਿੰਘ ਵੱਜਦਾ ਸੀ ਲਾੜੇ ਦੇ, ਇੰਜ ਕਰਕੇ ਉਹਨੇ ਲਾੜ ਦਿਆ, ਆਹ ਵਜਾ ਸ਼ਾਲ। ਫਿਰ ਕੀ ਬਣਿਆ ਹਾਥੀ ਦਾ? ਭਾਜੀ ਉਹਨੇ ਕੱਢਤਾ ਪੁਰ ਕਰਾਤਾ, ਮੇਨ ਬੰਦੇ ਨੇ ਬਾਜੀ ਵਾਲੇ ਨੇ, ਕਿਉਂ ਹੁਣ ਕਿਹਾ ਭਾਈ ਪੈਸੇ ਤੋੜਦਾ ਵਾ, ਆ ਗਿਆ ਫਿਰ ਮੇਰੇ ਕੋਲ ਕਰਦਾ। ਅੱਛਾ ਮੈਂ ਕਿਹਾ ਹੁਣ ਮੈਂ ਤੇਰਾ ਕੀ ਕਰਾਂ, ਕਿਤੇ ਕਿਤੇ ਲਵਾ ਯਾਰ ਭੁੱਖਾ ਮਰ ਜਾਏਗਾ, ਲੇਕਿਨ ਮੈਂ ਕਿਹਾ ਇੱਕ ਸ਼ਰਤ ਲਵਾਵਾਂਗਾ, 30% ਭਾਈ ਦਾ। ਹਾਂ ਸਹੀ ਹੈ, ਵਾਪਸ ਲਵਾ ਤਾ ਤੁਹਾਡੇ ਭਾਈ ਨੇ ਫਿਰ ਹਾਥੀ ਨੂੰ। ਹਾਂਜੀ ਉਹਨੇ ਉੱਥੇ ਕੀ ਕਰਨਾ ਸੀ? ਐ ਸੁੰਡਰਾ ਡੀਆਂ ਲਾਉਂਦਾ ਨੀ ਕਰਕੇ ਸਟਰੀਟ ਲਾਈਟ ਬਲਬ ਲਾਉਣਾ ਹੁੰਦਾ ਨਾ, ਕਰਕੇ ਬਲਬ ਸੌਂਦੇ ਇੰਜ ਕਰਕੇ ਹੋਇਆ ਕਰਕੇ ਘੁਮਾ ਲਾਉਂਦਾ ਹਲਕਾ ਜਿਹਾ, ਉੱਥੇ ਬਲਬ ਲੱਗ ਜਾਂਦਾ ਸੁੰਡ ਚ ਬਲਬ ਲਾ ਕੇ। ਹੁਣ ਉੱਥੇ ਵਾਪਰਾ ਲੈ ਕੋਲ ਹੀ ਆ, ਲੋ ਕੱਢਤਾ ਉਹਨਾਂ ਨੇ, ਉਹਨਾਂ ਨੇ ਵੀ ਕੱਢਤਾ। ਹਾਂਜੀ ਭਾਈ ਕਿਸ ਦਿਨ ਗਿਆ ਵਾ ਮਗਰ ਉੱਥੋਂ ਥੋੜੀ ਦੇਰ ਪਹਿਲੇ ਗਲੀ ਚ, ਉਹਨੇ ਠੰਡੀ ਗਰਮ ਤਾਰ ਨੀ ਹੁੰਦੀ ਉਹ ਇਕੱਠੀਆਂ ਜੋੜਤੀਆਂ ਭਾਈ, ਪੂਰੀ ਗਲੀ ਚ ਪਟਾਕੇ ਆ ਲੱਗੇ ਤੇ ਸ਼ਿਵਰਾਤ ਆ ਬਚ ਗਿਆ, ਆ ਪਈ ਸ਼ਾਟ ਕੰਧ ਚ ਵੱਜਾ ਪਿੱਛੇ ਕਰਕੇ ਡਿੱਗਿਆ ਉਹ ਭਾਈ, ਮੈਨੂੰ ਛੱਡ ਕੇ ਘਰ ਦੋ ਦਿਨ ਦੁੱਧ ਪਿਆ ਪਿਆ ਕੇ ਘਿਓ ਪਿਆ ਪਿਆ ਕੇ ਮੇਰੀ ਤੇ ਮੱਤ ਬਚ ਗਈ, ਤੇ ਹਲਕਾ ਜਿਹਾ ਤੰਦਰੁਸਤ ਹੋਇਆ। ਫਿਰ ਮੈਂ ਲਵਾਇਆ ਕੰਮ ਤੇ ਹੋਰ ਕਿੱਥੇ, ਆ ਰੰਗ ਸਾਧ ਨੀ ਜਿਹੜੇ ਰੰਗ ਕਰਦੇ ਉੱਚੀਆਂ ਬਿਲਡਿੰਗਾਂ ਵਾਲੇ, ਉਹਨਾਂ ਰੱਖ ਲਿਆ ਹੁਣ ਉਹਨੂੰ ਉਹ ਵੀ ਗੱਲ ਉੱਥੇ ਕਰਦਾ, ਉਹ ਸੁੰਡ ਦੇ ਵਿੱਚ ਵੱਡਾ ਪੁਰਸ਼ ਦੇ ਕੇ ਨਾ ਉੱਪਰੋਂ ਐਂ ਰੰਗ ਕਰਦਾ ਉੱਪਰੋਂ ਸੁੰਡ ਨਾ, ਹਾਂਜੀ ਮੱਥਾ ਰੰਗ ਕਰਦਾ। ਯਾਰ ਕਿਹੜਾ ਹਾਥੀ ਯਾਰ, ਭਾਜੀ ਰੰਗ ਵਾਲੇ ਨੇ ਵੀ ਕੱਢਤਾ ਵਾ, ਉਹ ਕਿਉਂ? ਠੇਕੇਦਾਰ ਉਹਨੂੰ ਕੰਮ ਤੇ ਲਾ ਕੇ, ਉਹਨੂੰ ਕਹਿੰਦਾ ਇੰਜ ਕਰਕੇ ਬੁਰਸ਼ਬਾਜ਼ੀ ਕਰ ਸੁੰਡਣਾ ਸੁੰਡਣਾ, ਠੇਕੇਦਾਰ ਚਲਾ ਗਿਆ ਪਿੱਛੋਂ ਨਾਲ ਦੇ ਨਾਲ ਘਰ ਕਰਤਾ ਉਹਨੇ ਰੰਗ ਸਾਰਾ, ਉਹ ਠੇਕੇਦਾਰ ਕਹਿੰਦਾ ਮੈਂ ਤੇ ਇਹਨਾਂ ਦੇ ਪੈਸੇ ਫੜੇ ਤੂੰ ਯਾਰ, ਜਾਨਵਰ ਹੁਣ ਜਾਨਵਰ ਕੋਈ ਤੁਸੀਂ ਇਦਾਂ ਦੇ ਕੰਮ ਲਓਗੇ ਤੇ ਉਹਨੇ ਤੇ ਕਰਨਾ ਹੀ ਹੈ ਯਾਰ। ਫਿਰ ਮੇਰੇ ਪੈਰੀ ਪੈ ਗਿਆ ਮੇਰੇ,
ਹੁਣ ਕਿੱਥੇ ਹੈ ਜਿੰਦਾ ਮਰ ਗਿਆ ਕਿੱਥੇ ਆਵਾ ਤੀ ਭਾਜੀ ਫਾਲਾਂ ਕੱਢਣ ਨਾਲ ਲਵਾਤਾ ਵਾ ਉਹ ਤੋਤੇ ਕੱਢਦੇ ਆ ਤੋਤੇ ਨੂੰ ਜਵਾਬ ਦਿੱਤਾ ਉਹਨੇ ਇਹਨੇ ਜਾ ਕੇ ਤੋਤੇ ਦੀਆਂ ਚੁਗਲੀਆਂ ਕੀਤੀਆਂ ਦੋ ਤਿੰਨ ਦਿਨ ਹਾਥੀ ਨੇ ਉਹਨੇ ਕੰਮ ਤੋਂ ਜਵਾਬ ਦਿੱਤਾ ਤੋਤੇ ਨੇ ਹੁਣ ਹਾਥੀ ਸਾਹਿਬ ਬੈਠੇ ਹੁੰਦੇ ਉੱਥੇ ਇੰਜ ਕਰਦੇ ਤੋਤੇ ਦੀ ਜਗ੍ਹਾ ਤੇ ਹਾਂਜੀ ਤੇ ਹੁਣ ਫਾਲਾਂ ਕੱਢ ਰਹੇ ਆ ਫਾਲਾਂ ਕੱਢਣ ਇੱਕ ਦਿਨ ਤਾਂ ਸਾਰੀਆਂ ਫਾਲਾਂ ਕੱਢ ਕੇ ਗਤਾਇਲ ਬਿਠ ਕੇ ਅੰਦਰ ਸੁੱਟ ਗਿਆ ਸਾਰਾ ਹੀ ਉਹਦਾ ਬੋਰਾ ਵੀ ਖਾ ਗਿਆ ਉਹ ਤਾਂ ਇੱਧਰ ਸਿਗਰ ਲਾ ਕੇ ਬੈਠੇ ਫਾਲ ਵਾਲਾ ਉਹਦਾ ਗੁੱਟ ਵੀ ਖਾ ਚੱਲਾ ਸੀ ਯਾਨੀ ਫਾਲ ਕੱਢ ਕੱਢ ਕੇ ਖਾਈ ਜਾ ਰਿਹਾ ਖਾਈ ਜਾ ਰਿਹਾ ਨਾਲ ਹਲਕਾ ਜਿਹਾ ਪਾਣੀ ਦਾ ਗਲਾਸ ਪੀਤਾ ਵਾ ਰੈਸਟ ਹੋ ਗਿਆ ਯਾਰ ਕਿਹੜਾ ਬਾਹੂਬਲੀ ਆ ਤੂੰ ਯਾਰ ਇੱਕ ਹਾਥੀ ਤੇਰੇ ਕੋਲ ਨੀ ਸਾਂਭਿਆ ਗਿਆ ਚੈਨਲ ਵਾਲਾ ਭਾਜੀ ਤੂੰ ਬਣਾ ਲਿਆ ਭਾਜੀ ਹੁਣ ਕਿੱਥੇ ਰਹਿ ਰਹੇ ਹੋ ਕਿੱਥੇ ਸੌ ਰਹੇ ਹੋ ਹੁਣ ਉਹ ਟੀਅਰ ਸਿੱਧੇ ਕਰਦਾ ਮੂੰਹ 'ਚ ਥੋੜਾ ਲੈ ਕੇ ਨਾ ਇੰਜ ਮਾਰਦਾ ਟੀਅਰ ਸਿੱਧੇ ਕਰਦਾ ਭਾਜੀ ਹੁਣ ਤੁਹਾਡਾ ਭਰਾ ਮੇਰਾ ਦੋਸਤ ਆ ਰਸ਼ੀਦ ਫੈਕਟਰੀ ਏਰੀਆ ਉਹਨੇ ਇੱਕ ਛੋਟਾ ਜਿਹਾ ਫਲੈਟ ਲਿਆ ਵਾ ਉੱਥੇ ਤੁਹਾਡਾ ਭਰਾ ਰਹਿਣ ਡਿਆ ਵਾ ਜਦੋਂ ਤੁਹਾਨੂੰ ਕਿਤੇ ਮਿਲਣਾ ਹੋਵੇ ਕੋਈ ਫੈਨ ਕੋ ਆਵੇ ਸੈਲਫੀ ਲੈਣ ਤੁਸੀਂ ਕਰੋ ਬਾਹੂਬਲੀ ਉੱਥੇ ਆ ਅੱਛਾ ਯਾਰ ਹੁਣ ਮੁਸਤਕਬਲ 'ਚ ਕੀ ਪਲੈਨਿੰਗ ਆ ਜ਼ਿੰਦਗੀ ਇੱਦਾਂ ਹੀ ਕੱਢ ਦੇਣੀ ਆ ਤੂੰ ਭਾਜੀ ਯਕੀਨ ਮੰਨੋ ਮੈਂ ਬਹੁਤ ਪਰੇਸ਼ਾਨ ਮੈਂ ਆਰਟਿਸਟ ਹਾਂ ਨਾ ਮੈਂ ਫਿਲਮ 'ਚ ਕੰਮ ਕੀਤਾ ਮੈਨੂੰ ਪਤਾ ਵਾ ਇੰਨੇ ਮੇਰੇ ਪਾਰਟ ਹਿੱਟ ਹੋਇਆ ਅਰਬਾਂ ਰੁਪਈਆਂ ਦਾ ਬਿਜ਼ਨਸ ਹੋਇਆ ਵਾ ਲੇਕਿਨ ਆ ਜਿੱਥੇ ਹੁਣ ਮੈਂ ਰਹਿਣ ਡਿਆ ਮਲੇਦਾਰਾਂ ਨੂੰ ਕੋਈ ਪਤਾ ਨਹੀਂ ਬੁਲਾਉਣ 'ਚ ਲਾਉਂਦਾ ਕਿੱਦਾਂ ਕਿਸੇ ਨੂੰ ਬੁਲਾਉਣਾ ਇਹ ਬਾਹੂਬਲੀ ਆ ਕਿ ਬਾਹੂਬਲੀ ਆ ਮੈਨੂੰ ਦੇਖਦੇ ਨਹੀਂ ਸਮਝਦੇ ਨਹੀਂ ਕੁਛ ਵੀ ਦਿਲ ਕਰੇ ਮਾਈਆ ਵਿਚਾਰੇ ਨਿਕਲੇ ਮੈਂ ਬਾਹੂਬਲੀ ਵੇ ਪੁੱਤ ਆ ਮੈਨੂੰ ਉੱਥੇ ਮਾਂ ਚਸ ਲਿਆ ਦੇ ਬੱਚੇ ਮੈਨੂੰ ਉਹ ਗੱਲਾਂ ਕਰਨੇ ਮੇਰੇ ਪਾਪਾ ਬੁਲਾਉਣ ਡੇ ਆਹ ਕਰਨ ਡੇ ਯਾਰ ਵੈਸੇ ਜ਼ਿਆਦਤੀ ਹੋ ਰਹੀ ਮੱਲੇ 'ਚ ਭਾਜੀ ਉਹਨੂੰ ਵਿਚਾਰੇ ਕੋਲੋਂ ਨੀਲੀਆਂ ਕਹਿਣਾ ਮੋਢਿਆਂ ਤੇ ਭਰ ਭਰ ਕੇ ਪਾਣੀ ਦੀਆਂ ਮੰਗਾਂ ਤੇ ਇਹਨੇ ਆਪ ਜਾਣ ਕੇ ਬਹਾਦਰੀ ਦਿਖਾਈ ਨਾ ਆਪਣੀ ਫਿਲਮ 'ਚ ਅਗਲੇ ਹੁਣ ਕੰਮ ਕਹਿੰਦੇ ਨਾ ਕਰਦਾ ਸਰ ਤੇ ਹੁਣ ਦੱਸਣ ਤੇ ਡਿਆ ਵਾ ਸਾਰੀ ਦੁਨੀਆ ਕਿ ਉਹ ਐਡੀਟਰ ਦਾ ਕੰਮ ਸੀ ਮੈਂ ਤਾਂ ਆਇਆ ਵਿਚਾਰਾ ਉਹ ਨਹੀਂ ਲੋਕਾਂ ਨੂੰ ਸਮਝ ਆਉਂਦੀ ਨਹੀਂ ਸਮਝ ਆਉਂਦੀ ਲੋਕਾਂ ਨੂੰ ਮੈਂ ਤੈਨੂੰ ਮੈਂ ਉਦੋਂ ਦੱਸਿਆ ਨਹੀਂ ਕਿ ਮੈਂ ਆਫਤਾਬ ਸਾਹਿਬ ਵਾਲੇ ਸ਼ੋਅ ਦੇ ਵਿੱਚ ਇੱਕ 'ਚ ਬੈਠਾ ਜਿਸ 'ਚ ਮੈਂ ਆ ਚਾਦਰ ਲੈ ਕੇ ਤੇ ਉਹ ਮੈਂ ਲੂਜ਼ ਸਟ੍ਰੋਕ ਟਾਈਪ ਜਿਹੜਾ ਮੈਂ ਕੀਤਾ ਸ਼ਾਇਰ ਬਣਿਆ ਉਹਦੇ 'ਚ ਮੈਂ ਸਟਾਰ ਤੇ ਆਫਤਾਬ ਸਾਹਿਬ ਨੇ ਮੈਨੂੰ ਕਿਹਾ ਮੈਂ ਕਿਹਾ ਜੀ ਮੈਂ ਕਿਸ ਕੀ ਮੇਰਾ ਕਰੈਕਟਰ ਕਹਿੰਦੇ ਤੂੰ ਕਰਕੇ ਗੱਲ ਕਰਨੀ ਹੈ ਕਿਉਂਕਿ ਕਰੈਕਟਰ ਆ ਠੀਕ ਆ ਨਾ ਉਹ ਮੋਹਿਨ ਅਖਤਰ ਸਾਹਿਬ ਸਿੱਧਾ ਕਹਿੰਦੇ ਅਬੇ ਸਾਲੇ ਇੱਥੇ ਤਾਂ ਕਹਿਤਾ ਉਹਨਾਂ ਨੇ ਔਰ ਲਿਖਿਆ ਵੀ ਉਸ ਰਾਈਟਰ ਨੇ ਕਿ ਮੈਨੂੰ ਆਹ ਕਹਿ ਉਹ ਲੇਕਿਨ ਉਹ ਜਦੋਂ ਪ੍ਰੋਗਰਾਮ ਚੜਿਆ ਲੋਕਾਂ ਨੇ ਕ੍ਰਿਟੀਸਾਈਜ਼ ਜੋ ਜਾਨੀ ਬਦਤਮੀਜ਼ੀ ਕਰ ਰਿਹਾ ਜੀ ਇਹ ਕਿਹਨੂੰ ਬੁਲਾ ਲਿਆ ਜੀ ਜੇ ਉਹ ਨਹੀਂ ਪਤਾ ਹੀ ਨਹੀਂ ਆਵਾਮ ਨੂੰ ਪਤਾ ਹੀ ਨਹੀਂ ਹਾਲਾਂਕਿ ਬਹੁਤ ਹੱਦ ਤੱਕ ਸ਼ਊਰ ਆ ਗਿਆ ਲੇਕਿਨ ਹਾਲੇ ਵੀ ਕੁਛ ਲੋਕ ਐ ਨੇ ਮਾਸੂਮ ਜਿਹੜੇ ਵਿਚਾਰੇ ਜਿਹਨਾਂ ਨੂੰ ਨਹੀਂ ਸਮਝ ਲੱਗਦੀ ਕਿ ਭਾਈ ਉਹ ਕਰੈਕਟਰ ਆ ਉਹਨੂੰ ਹੁਣ ਉਹ ਕਰੈਕਟਰ ਆ ਹੁਣ ਕਿੱਦਾਂ ਮਹੱਲੇਦਾਰਾਂ ਨੂੰ ਸਮਝਾਉਣ ਉਹਨੇ ਦੇਖਦੇ ਫਿਲਮ ਦੇ ਵਿੱਚ ਪੂਰਾ ਪਤਾ ਨਹੀਂ ਕੀ ਚੁੱਕੀ ਫਿਰਦਾ ਤੇ ਉਹ ਕਹਿੰਦੇ ਚਾਰ ਕਹਿਣਾ ਤੈਨੂੰ ਕੀ ਕਹਿੰਦੀਆਂ ਚੁੱਕ ਹਾਂ ਜੀ ਉਹ ਬੜਾ ਜ਼ੁਲਮ ਕਰਦੇ ਇਹਦੇ ਨਾਲ ਐਵੇਂ ਕਿਸੇ ਦੇ ਘਰ ਪਰਾਉਣੇ ਆ ਜਾਣਗੇ ਉਹ ਅੱਬ ਲਾ ਕੇ ਕਹਿਣਗੇ ਬਾਹੂਬਲੀ ਸੀਨੇ ਤੇ ਇੱਟਾਂ ਤੋੜ ਕੇ ਦਿਖਾਏਗਾ ਉਹਦੇ ਵਿਚਾਰੇ ਦੀ ਮੱਤ ਮਾਰ ਦਿੰਦੇ ਸਾਰੇ ਕੁਝ ਦਿੰਦੇ ਵੀ ਇਹ ਜਾਣ ਲੱਗੇ ਕੱਖ ਵੀ ਨਹੀਂ ਦਿੰਦੇ ਭਾਜੀ ਹੌਸਲਾ ਵੀ ਨਹੀਂ ਦਿੰਦੇ ਤੇ ਤੂੰ ਇਹ ਸਟੰਟ ਕਾਹਤੋਂ ਕਰਦਾ ਫਿਰਦਾ ਮੱਲੇ 'ਚ ਹੁਣ ਭਾਜੀ ਲੇਕਿਨ ਉਹਨੂੰ ਆਪਣਾ ਭਰਮ ਭਾਵ ਤੇ ਰੱਖਣਾ ਵਾ ਉਹ ਐਡੀਟਰ ਤਾਂ ਮੈਨੂੰ 125,000 ਲਾ ਲੈਂਦੇ ਹੋ ਫਿਰ ਮੈਂ ਸਾਰ ਸ਼ਾਹ ਓਪਨ ਕਰ ਦੇਣੀ ਗੱਲ ਦੇਖਿਓ ਤੁਸੀਂ ਹਫ਼ਤੇ ਵਾਲੇ ਦਿਨ ਵਿਚਾਰਿਆਂ ਨੂੰ ਬਲਬ ਖਾਣੇ ਪਏ ਉਹਨਾਂ ਨੇ ਪਰਾਉਣੇ ਆਏ ਸੀ ਕਹਿੰਦੇ ਯਾਰ ਕੱਚ ਖਾਣ ਵਾਲੀ ਆਈਟਮ ਕਰਨੀ 3-4 ਬਲਬ ਖਾਧੇ ਵਿਚਾਰਿਆਂ ਨੇ ਸਾਰੀ ਚੀਜ਼ ਸੱਪ ਦੇ ਵੀ ਕਰਦਾ ਆਈਟਮ ਕੋਈ ਹਾਂਜੀ ਸੱਪ ਦੇ ਵੀ ਕਰਦਾ ਵਾ ਫਿਰ ਮੇਲਿਆਂ ਤੇ ਵਿਚਾਰਾ 6 ਮੀਲ ਬਣ ਕੇ ਜਾਂਦਾ ਹੁਣ ਓਏ ਹੋਏ ਇਹ ਕਿੰਨਾ ਜ਼ੁਲਮ ਹੋਣ ਡਿਆ ਵਾ ਇਹਦਾ ਤੇ ਬਹੁਤ ਸਿਲੰਡਰ ਭਰਦਾ ਵਾ ਜੀ ਇੱਕ ਜਗ੍ਹਾ ਤੇ ਉਹਨਾਂ ਕਿਹਾ ਸਿਲੰਡਰ ਛੱਡ ਕੇ ਵੀ ਆਉਣੇ ਆ ਆ ਜਿਹੜੇ ਸਾਲ ਸਿਲੰਡਰ ਉਹ ਛੱਡ ਕੇ ਆਉਂਦੇ ਹਸਪਤਾਲਾਂ ਦੇ ਵਿੱਚ ਹੁਣ ਅੱਛਾ 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 ਹਾਂਜੀ ਹਾਂਜੀ ਇਹਦਾ ਬੜਾ ਮਸਲਾ ਬਣ ਰਿਹਾ ਇਸ ਟਾਈਮ ਅੱਛਾ ਤੁਸੀਂ ਬਾਹੂਬਲੀ ਸਾਹਿਬ ਯਾਰ ਮੈਂ ਤੇਰੇ ਲਈ ਕੀ ਕਰ ਸਕਦਾ ਤੂੰ ਦੱਸ ਸਰ ਤੁਸੀਂ ਮੈਨੂੰ ਦੁਬਈ ਭੇਜ ਦਿਓ ਉਹ ਮੈਂ ਦੇਖਿਆ ਲਾਲਾ ਵੀ ਦੁਬਈ ਗਿਆ ਤੁਹਾਡਾ ਮੈਨੂੰ ਵੀ ਦੁਬਈ ਭੇਜ ਦਿਓ ਬਸ ਲਾਲਾ ਆਪਣੇ ਜਿੱਥੇ ਭਰਾ ਨੇ ਉਹਨਾਂ ਦਾ ਉੱਥੇ ਵਰਕਸ਼ਾਪ ਆ ਉਹ ਗੱਡੀਆਂ ਛੱਡੀਆਂ ਦਾ ਕੰਮ ਕਰਦਾ ਤੂੰ ਕੀ ਕਰੇਗਾ ਸਰ ਮੈਨੂੰ ਤੁਸੀਂ ਆਪਣੇ ਸਿਰ ਤੇ ਭੇਜੋ ਨਹੀਂ ਤੂੰ ਉੱਥੇ ਜੌਬ ਕਰ ਲਏਗਾ ਕੋਈ ਮੈਂ ਉੱਥੇ ਬਾਹੂਬਲੀ ਉੱਥੇ ਫਿਲਮ ਸ਼ੁਰੂ ਕਰ ਦਿੰਦਾ ਵਾਂ ਉਹਨਾਂ ਨੇ ਨਹੀਂ ਕਰਨ ਦੇਣੀ ਨਹੀਂ ਕਰਨ ਦੇਣੀ ਨਹੀਂ ਕਰ ਦੇਣੀ ਸਖਤ ਨੇ ਹਾਂਜੀ ਉਹ ਨਹੀਂ ਬਾਹੂਬਲੀ ਕਰਨ ਦੇਣੀ ਉਹਨਾਂ ਨੇ ਕਿਤੇ ਮਾਰ ਚਲਵਾ ਦਿਓ ਕਿੱਥੇ ਮਾਰਟ ਮੂਟ ਚਲਵਾ ਦਿਓ ਭਾਈ ਨੂੰ ਨਹੀਂ ਉੱਥੇ ਵੀ ਲੋਕ ਆਉਣਗੇ ਤੈਨੂੰ ਛੇੜਨਗੇ ਮਜ਼ਾਕ ਉਡਾ ਮੈਂ ਚਾਹ ਰਿਹਾ ਕੋ ਕੱਲਾ ਤੂੰ ਕੰਮ ਕਰੀ ਜਿਵੇਂ ਬੈਠਾ ਮੈਨੂੰ ਫਿਰ ਵਾਸ਼ਰੂਮ ਚਲਵਾ ਦਿਓ ਮੈਂ ਕੱਲਾ ਬੈਠਾ ਕੰਮ ਕਰੀ ਜਾਵਾਂ ਨਹੀਂ ਯਾਰ ਸੋਲੋ ਪਰਫਾਰਮੈਂਸ ਦਾ ਕੰਮ ਐਸਾ ਕੰਮ ਜਿਹਦੇ ਤੈਨੂੰ ਪੈਸੇ ਵੀ ਮਿਲਣ ਤੇਰੀ ਰਿਸਪੈਕਟ ਵੀ ਹੋਵੇ ਦੁਬਈ ਮਾਲ ਲਵਾ ਦੇ ਤੈਨੂੰ ਕਿਤੇ
ਉੱਥੇ ਕੀ ਹੁੰਦਾ? ਦੁਬਈ ਮਾਹੌਲ ਆ ਬਹੁਤ ਵੱਡਾ, ਫੁੱਲ ਮਾਹੌਲ, ਸਿਕਿਉਰਿਟੀ ਆਹੋ ਉਹਦੇ ਬੁਰਜ ਖਲੀਫਾ ਦੇ ਆਲੇ ਦੁਆਲੇ ਕਿਤੇ ਗੱਲ ਕਰਾਂ, ਉੱਥੇ ਬੱਚਾ ਕੋਈ ਨਾ ਹੋਵੇ ਮੈਨੂੰ ਛੇੜੇ, ਬੱਚੇ ਉੱਥੇ ਹੋਣਗੇ ਲੇਕਿਨ ਉਹ ਤੈਨੂੰ ਛੇੜਨਗੇ ਨਹੀਂ, ਉੱਥੇ ਦੁਨੀਆਂ ਦੀ ਹਰ ਨਸਲ ਦਾ ਬੰਦਾ ਆਏਗਾ, ਉੱਥੇ ਆਪਣੀ ਸਾਰਿਆਂ ਨੂੰ ਆਪਣੀ ਆਪਣੀ ਆ, ਉਹਨੂੰ ਕਈ ਕੋਈ ਨਹੀਂ ਕਹੇਗਾ ਤੂੰ ਜਿੱਦਾਂ ਦੇ ਮਰਜ਼ੀ ਕੱਪੜੇ ਪਾ ਕੇ ਫਿਰੀ, ਜੋ ਮਰਜ਼ੀ ਪਾ ਕੇ ਫਿਰੀ, ਕੋਈ ਇਹ ਨਹੀਂ ਕਹੇਗਾ ਉਹ ਆ ਕਿੱਦਾਂ ਦਾ ਭਾਈ ਲੱਗਣ ਦਿਆ, ਉਹ ਹੁਣ ਕਿੱਦਾਂ ਦੀ ਸ਼ਰਟ ਪਾਈ, ਉਹ ਦੇਖ ਬੁੱਢੀ ਨੇ ਕੀ ਪਾ, ਇੰਜ ਦਾ ਚੱਕਰ ਨਹੀਂ ਗਾ ਆਪਣਾ ਆਪਣਾ। ਹਾਂ ਫਿਰ ਔਰ ਉੱਥੇ ਅਗਰ ਤੈਨੂੰ ਕੋਈ ਟੱਚ ਵੀ ਕਰੇ, ਤੂੰ ਇੱਕ ਇੰਜ ਕਰਕੇ ਤੂੰ ਸਿਰਫ ਦੱਸਣਾ ਕਿ ਵੀ ਮੈਨੂੰ ਇਹਨੇ ਤੰਗ ਕੀਤਾ, ਸਾਰੇ ਤੇਰਾ ਸਾਥ ਦੇਣਗੇ, ਨਹੀਂ ਨਹੀਂ ਨਾਲ ਮਿਲ ਕੇ ਰਹਿਣਾ ਚਾਹੀਦਾ। ਮੈਂ ਵੀ ਸ਼ਿਕਾਇਤਾਂ ਲਾਉਂਦਾ ਫਿਰ, ਤੁਸੀਂ ਮੈਨੂੰ ਭੇਜੋ ਫਿਰ ਭਾਜੀ, ਤੇ ਭਰਾ ਦਾ ਵਿਆਹ ਵੀ ਉੱਥੇ ਕਿਤੇ ਕਰਾਓ, ਫਿਰ ਸੈਟਿੰਗ ਉੱਥੇ ਮੇਰੀ ਹੋਈ, ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਪਾ ਦੇਣੀ ਤੂੰ, ਅੱਗੇ ਮੈਂ ਇਹਦਾ ਕਰਾਉਣ ਨਹੀਂ ਨਹੀਂ ਹੁੰਦੇ ਆ ਬਾਹੂਬਲੀ, ਫਿਰ ਮੈਨੂੰ ਵੀ ਨਾਲ ਖੜਨਾ ਜੇ ਵਿਆਹ ਕਰਾਉਣ। ਸਰ ਫਿਰ ਮੈਂ ਮੇਰੀ ਦਿਲੀ ਖੁਆਇਸ਼ ਰਹੀ ਹੈ ਜਦੋਂ ਦਾ ਮੈਂ ਹਾਲਾਤ ਤੋਂ ਤੰਗ ਹੋਇਆ, ਤੁਸੀਂ ਭਰਾ ਨੂੰ ਕਿਤੇ ਏਅਰ ਹੋਸਟਸ ਲਵਾ ਦਿਓ ਨਾ। ਯਾਰ ਇਹ ਏਅਰ ਹੋਸਟਸ ਜਿਹੜੀ ਹੁੰਦੀ ਨਾ, ਉਹ ਉਹਦਾ ਕੋਈ ਤਾਲੀਮ ਹੁੰਦੀ ਆ, ਕੋਈ ਸਾਰਾ ਹਿਸਾਬ ਕਿਤਾਬ ਹੁੰਦਾ, ਤੂੰ ਉੱਥੇ ਤਲਵਾਰ ਲੈ ਕੇ ਜਹਾਜ਼ 'ਚ ਫਿਰੀ ਜਾਏਗਾ। ਭਾਜੀ ਡਰ ਵੀ ਹੋਣਾ ਚਾਹੀਦਾ, ਖੌਫ ਮੈਂ ਹੋਊਗਾ ਏਅਰ ਹੋਸਟਸ, ਤੁਹਾਡਾ ਭਰਾ ਤਲਵਾਰ ਲੈ ਕੇ ਫਿਰੂਗਾ। ਚਲੋ ਮੈਂ ਫਿਰ ਇੱਦਾਂ ਕਰਦਾ ਕੋਈ ਫਲਾਈ ਦੁਬਈ ਜਾਂ ਇੱਧਰ ਜਿਹੜੀ ਫੈਸਲਾਬਾਦ ਹੋ ਜਾਂਦੀ ਨਾ, ਫੈਸਲਾਬਾਦ ਤੋਂ ਦੁਬਈ ਦਾ ਤੈਨੂੰ ਉਹਦੇ ਵਿੱਚ ਲਵਾ ਦੇਣਾ। ਨਹੀਂ ਨਹੀਂ ਸਰ, ਤੁਸੀਂ ਮੈਨੂੰ ਲਵਾਉਣਾ ਮੈਨੂੰ ਯੂਰਪ ਵਾਲੀ ਸਾਈਡ ਤੇ ਲਓ। ਨਹੀਂ ਤੇ ਇੱਥੇ ਕੀ ਮਸਲਾ ਫੈਸਲਾਬਾਦ ਤੋਂ ਦੁਬਈ? ਉਹ ਇੱਥੋਂ ਸਾਰੀ ਲੇਬਰ ਚੜ੍ਹਦੀ ਆ, ਐਡਾ ਨਾ ਗੋਹਾ ਲੱਗਾ ਹੁੰਦਾ ਜੁੱਤੀਆਂ ਨੂੰ, ਬੜੇ ਬੜੇ ਡੀਸੈਂਟ ਮੈਂ ਆਪ ਗਿਆ ਹਾਂ ਯਾਰ। ਉਹਦਾ ਮਤਲਬ ਆ ਕਿ ਉਹ ਫੇਰ ਉਹੀ ਕੰਮ ਛੇੜਨਗੇ ਜਿਸ ਤਰ੍ਹਾਂ ਕਰਦੇ ਆ, ਉਹ ਬਾਹਰ ਦੇ ਮੁਲਕ ਕਿਤੇ ਭੇਜੋ ਯੂਰਪ। ਭਾਜੀ ਮੇਲਿਆਂ ਤੇ ਨਾਗ ਲਾ ਲੇਗਾ ਤੂੰ? ਵੈਸੇ ਮੈਨੂੰ ਦੱਸ ਇੱਕ ਮਿੰਟ, ਤਾਜ਼ੀ ਨੀ ਤੇ ਸਰਦੀਆਂ ਆ ਰਹੀਆਂ ਵਾ, ਪੋਟਾ ਕਲੇਜੀ ਤਲ ਕੇ ਸਕੂਨ ਨਾਲ ਫਟਾ ਲਾ ਲਾ, ਨਾਲ ਸੂਪ ਤਿਆਰ ਕੀਤਾ ਜਾਂ ਯਖਨੀ। ਭਾਜੀ ਤਲਕ ਬੇਸ ਤੇ ਲੋਕਾਂ ਨੇ ਪਛਾਣ ਲੈਣਾ, ਲੋਕਾਂ ਨੇ ਫ੍ਰੀ ਬਹੁਤ ਪੀਣਾ ਵਾ, ਹੁਣ ਤੁਹਾਡੇ ਕੋਲ ਲੋਕੀ ਫ੍ਰੀ ਵੀਡੀਓ ਬਣਾਉਂਦੇ ਆ ਨਾ ਬਹੁਤੀਆਂ, ਏਦਾਂ ਹੀ ਮੇਨਾ ਹੋਣਾ। ਉਸਤਾਦ ਜੀ ਇਹਨੂੰ ਮੌਤ ਦੇ ਖੂਹ ਦਾ ਕਮੈਂਟਰੀ ਵਾਲਾ ਲਵਾਓ, ਜਿਹੜੇ ਕਹਿੰਦੇ ਨੀ ਹੁੰਦੇ ਲੇਡੀਆਂ ਕੰਮ ਕਰਕੇ ਕੰਮ, ਉਹ ਲਵਾਓ ਇਹਨੂੰ। ਭਾਜੀ ਨਹੀਂ ਇੱਜ਼ਤ ਨੀ ਰਹਿਣੀ, ਸਫਾਰੀ ਗੱਡੀ ਬਣਵਾ ਦਾਂ ਤੈਨੂੰ ਜਿਹੜੀ ਸਰਵੇ ਦੇ ਨੇ ਮਹੱਲਿਆਂ 'ਚ। ਹਾਂ ਉਹ ਵੀ ਦੇਣਗੇ। ਕੀ ਦੇਣਗੇ ਯਾਰ ਤੂੰ ਉਹਨਾਂ ਨੂੰ? ਉਹ ਤੈਨੂੰ ਉਹਨਾਂ ਨੇ ਨਹੀਂ ਦੇਣਾ, ਤੂੰ ਸਿਰਫ ਸਿਰਫ ਮਸ਼ਹੂਰੀ ਕਰਨੀ, ਕੰਪਨੀ ਨੇ ਤੈਨੂੰ ਤਨਖਾਹ ਦੇਣੀ, ਹਾਥੀ ਤੇਰੇ ਕੋਲ ਹੈਗਾ ਹੀ ਹੈ। ਹੈਗਾ ਹਾਥੀ? ਹਾਂ ਤੇ ਬਸ ਠੀਕ ਆ, ਉੱਥੇ ਸਰਵੇ 'ਚ ਹਾਥੀ ਉੱਤੋਂ ਦੀ ਸਿੱਧਿਆ ਕਰਨਾ ਉਹਨੇ ਸਰਵ ਅਗਲੇ ਦੇ ਘਰ ਵੱਡੇ ਟੱਪ 'ਚ ਸਾਰੇ ਪਾ ਕੇ ਨਾ ਉੱਤੋਂ ਹਾਥੀ ਦੀ ਸੁੱਟਣਾ ਐ ਲਾ ਕੇ ਵਿੱਚ। ਨਹੀਂ ਤੇ ਹਾਥੀ ਨੂੰ ਪੇਂਟਿੰਗ ਸਿਖਾ, ਉਹਨੇ ਕਿਹਾ ਦੀਵਾਰਾਂ 'ਤੇ ਲਿਖਿਆ ਕਰੇ ਜੱਟ ਬਿਲਡਿੰਗ ਜੇ ਵੋ, ਬੁਰਸ਼ ਦੇ ਨਾਲ ਲਿਖ ਰਹੇ ਤਾਂ। ਭਾਜੀ ਹਾਥੀ ਤਾਂ ਬਸ ਤੁਸੀਂ ਚੁੱਪ ਹੀ ਕਰ ਜਿਓ, ਉਹਨੂੰ ਮੈਂ ਇੱਕ ਨਾਈ ਨਾਲ ਵੀ ਲਵਾਤਾ ਸੀਗਾ, ਫਿਰ ਨਾਈ ਨੇ ਕਿਹਾ ਭਾਈ ਉਹ ਐ ਕਲੋਚੂ ਜਿਹਾ ਪਾ ਕੇ ਨਾ ਬਗਲ 'ਚ ਭਰ ਕੇ ਦੇਖ ਲੈ ਕੇ ਆਉਂਦਾ ਸੀ ਅੰਦਰ ਹਾਥੀ। ਯਾਰ ਤੂੰ ਮੈਂ ਤੈਨੂੰ ਦੱਸਦਾ, ਹਾਥੀ ਦਾ ਵੀ ਕੰਮ ਸਰ ਜਾਏਗਾ, ਤੈਨੂੰ ਪੈਸੇ ਵੀ ਦੇਗਾ। ਰਾਤ ਦੇ 2:30 ਵਜੇ ਨਾ ਕਿਸੇ ਕਲੋਨੀ ਦੇ ਗੇਟ ਦੇ ਅੱਗੇ ਨਾ ਹਾਥੀ ਦੇ ਖੰਨ ਦੇ ਨਾਲ ਉਹਦੇ ਸਿੰਗਾਂ ਦੇ ਨਾਲ ਗੈਸੀ ਪਕਾਨੇ ਬੰਨ ਕੇ ਨਾਲ ਉਹਦੇ ਥੋੜੇ ਕੱਚ 'ਚ ਕਿਤਾਬਾਂ ਕਤੂਬਾਂ ਦੇ ਕੇ ਉੱਥੇ ਖਿਲਾਰ ਫਿਰ ਥੋੜ੍ਹਾ ਜਿਹਾ ਉਹਦੇ ਵਾਲ ਚਿੱਟੇ ਚੁੱਟੇ ਕਰਦੇ, ਜ਼ਰਾ ਜ਼ਈਫ ਲੱਗੇ। ਨਹੀਂ ਲੰਘ ਤਾਂ ਪਾਉਂਦੇ ਗੱਡੀ ਵਾਲੇ ਨੇ, ਆਪਾਂ ਹੀ ਉਹਨੂੰ 100-50 ਦੇ ਜਾ ਕਰਨ ਯਾਰ। ਹਾਥੀ ਦੀ ਸੁੰਡ ਤੇ ਪਿੰਸਲਾਂ ਪਸਾ ਕੇ ਉਹਨੂੰ ਇਸ਼ਾਰੇ ਤੇ ਖਿਲਾਰਦੇ। ਆਹੋ ਇਹ ਵੀ ਠੀਕ ਆ, ਇਹ ਵੀ ਠੀਕ ਆ, ਸਹੀ ਗੱਲ। ਕਿਤੇ ਅਕਾਊਂਟ ਦਾ ਕੰਮ ਭਰਾ ਨੂੰ ਕਰਵਾ ਦਿਓ ਕਿਤੇ ਅਕਾਊਂਟ ਦਾ ਨਾ। ਸਾਰਾ ਕੁਛ ਲਾ ਦੇ ਰੱਸੀਆਂ ਮਨ ਮੁਨ ਕੇ। ਤੁਸੀਂ ਚੈਨਲ ਨਹੀਂ ਬਣਾਓ ਜੀ ਮੇਰਾ ਬਾਹੂਬਲੀ ਆਫੀਸ਼ਲ।
ਚਲੋ ਠੀਕ ਹੈ ਨਾਦਰੀਨ, ਡਨ ਹੋ ਗਿਆ ਜੀ। ਲਓ ਜੀ ਨਾਦਰੀਨ ਚੈਨਲ ਬਣਾ ਦਿੰਦੇ, ਪਹਿਲੀ ਵੀਡੀਓ ਤੁਸੀਂ ਮੇਰੇ ਨਾਲ ਬਿਆ ਕੇ, ਮੈਂ ਆਖਰੀ ਵੀ ਤੇਰੇ ਨਾਲ ਪਾਵਾਂਗਾ, ਟੈਨਸ਼ਨ ਨਾ ਲੈ। ਨਾਲ ਵੇਟਰ ਵੂਟਰ ਲੱਗ ਜਾ ਕਿਤੇ ਚੁੱਪ ਕਰਕੇ, ਉਹ ਵੀ ਕਰੀ ਜਾਈ। ਨਹੀਂ ਤੇ ਹਾਥੀ ਨੂੰ ਉਸਤਾਦ ਹੀ ਲਾ ਦੇਵੇ ਨਾ ਉਹਦੇ ਤੇ, ਸ਼ਾਦੀਆਂ ਤੇ ਵਿਆਹਾਂ ਤੇ ਡਿਸ਼ਾਂ ਪੜਾਉਣੀਆਂ ਹਾਥੀ ਸੁਣ ਤੇ। ਲਓ ਜੀ ਨਾਦਰੀਨ ਆਪਣਾ ਖਿਆਲ ਰੱਖੋ, ਬਾਹੂਬਲੀ ਸਾਹਿਬ ਅੱਲਾ ਖੈਰ ਕਰੇ। ਨਾਦਰੀਨ ਅਸੀਂ ਇੱਕ ਕਰੈਕਟਰ ਸੀ, ਠੀਕ ਆ, ਤੇ ਬੜਾ ਸਾਡਾ ਪਿਆਰਾ ਕਰੈਕਟਰ ਆ, ਤੇ ਅਸੀਂ ਇਹਦੇ ਨਾਲ ਫਨ ਕੀਤਾ ਥੋੜ੍ਹਾ ਜਿਹਾ। ਅਜ਼ਾਨ ਸ਼ੁਰੂ ਹੋ ਗਈ, ਓਕੇ, ਅੱਲਾ ਹਾਫਿਜ਼, ਆਪਣਾ ਖਿਆਲ ਰੱਖੋ।